ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਾਸ ਬੁਲੇਟਿਨ ਸਤਿ ਸ਼੍ਰੀ ਅਕਾਲ ਜੀ ਦੇ ਵਿੱਚ ਹੁਣ ਤੱਕ ਦੀਆਂ ਸਾਰੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੈਂ ਹਰਸ਼ਰਨ ਕੌਰ ਤੁਹਾਡੇ ਸਭ ਦੇ ਰੂਬਰੂ ਹਾਂ ਤੇ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਉੱਤੇ ਸਿਆਸਤ ਨਾਲ ਜੁੜੀ ਖਬਰ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਕਣਕ ਦੀ ਪੱਕੀ ਫਸਲ ਹੁਣ ਮੰਡੀਆਂ ਵਿੱਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਕਿਤੇ ਕਿਤੇ ਕਿਸਾਨਾਂ ਨੂੰ ਮੁਸ਼ਕਲਾਂ ਵੀ ਆ ਰਹੀਆਂ ਨੇ ਲਿਫਟਿੰਗ ਨੂੰ ਲੈ ਕੇ, ਅਦਾਇਗੀ ਨੂੰ ਲੈ ਕੇ ਤੇ ਇਹਨਾਂ ਮੁਸ਼ਕਲਾਂ ਦੇ ਦਰਮਿਆਨ ਅੱਜ ਪੰਜਾਬ ਕਾਂਗਰਸ ਵੱਲੋਂ ਦਾਣਾ ਮੰਡੀਆਂ ਦਾ ਰੁਖ ਕੀਤਾ ਜਾਵੇਗਾ। ਕਾਂਗਰਸ ਦੇ ਵੱਖ ਵੱਖ ਆਗੂ ਦਾਣਾ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ। ਕਣਕ ਦੀ ਖਰੀਦ ਤੇ ਅਦਾਇਗੀ ਨੂੰ ਲੈ ਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਕਾਂਗਰਸ ਜਾਣੇਗੀ। ਜ਼ਾਹਿਰ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਦਾ ਭਰੋਸਾ ਜਿੱਤਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਪਹਿਲਾਂ ਤੋਂ ਹੀ ਮੰਡੀਆਂ ਦਾ ਦੌਰਾ ਕਰ ਰਹੇ ਨੇ, ਰੁਖ ਕਰ ਰਹੇ ਨੇ, ਕਿਸਾਨਾਂ ਦੀਆਂ ਮੁਸ਼ਕਲਾਂ ਜਾਣ ਰਹੇ ਨੇ ਤੇ ਅੱਜ ਇਹਨਾਂ ਮੁਸ਼ਕਲਾਂ ਦੇ ਦਰਮਿਆਨ ਪੰਜਾਬ ਕਾਂਗਰਸ ਵੱਲੋਂ ਮੰਡੀਆਂ ਦਾ ਰੁਖ ਕੀਤਾ ਜਾਵੇਗਾ। ਕਿਸਾਨਾਂ ਨੂੰ ਖਰੀਦ ਸੰਬੰਧੀ, ਅਦਾਇਗੀ ਸੰਬੰਧੀ ਕੀ ਮੁਸ਼ਕਲਾਂ ਆ ਰਹੀਆਂ ਨੇ ਇਹ ਜਾਣਨ ਦਾ ਯਤਨ ਕੀਤਾ ਜਾਵੇਗਾ। ਪਰ ਵੱਡਾ ਸਵਾਲ ਹੁੰਦਾ ਕਿ ਕੀ ਸਿਆਸੀ ਲੋਕਾਂ ਦੀਆਂ ਇਹਨਾਂ ਫੇਰੀਆਂ ਦਾ, ਇਹਨਾਂ ਦੌਰਿਆਂ ਦਾ ਕਿਸਾਨਾਂ ਨੂੰ ਸੱਚਮੁੱਚ ਕੋਈ ਲਾਭ ਹੁੰਦਾ ਹੈ, ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ, ਇਹ ਵੱਡਾ ਤੇ ਅਹਿਮ ਸਵਾਲ ਹੁੰਦਾ। ਸੋ ਦੱਸ ਦਈਏ ਕਿ 1 ਅਪ੍ਰੈਲ ਤੋਂ ਦਾਣਾ ਮੰਡੀਆਂ ਦੇ ਵਿੱਚ ਕਣਕ ਦੀ ਫਸਲ ਸ਼ੁਰੂ ਕਰ ਦਿੱਤੀ ਗਈ ਸੀ ਆਉਣੀ ਤੇ ਕਿਸਾਨ ਕਣਕ ਦੀ ਫਸਲ ਲੈ ਕੇ ਪਹੁੰਚ ਰਹੇ ਨੇ ਮੰਡੀਆਂ ਦੇ ਵਿੱਚ। ਉਹਨਾਂ ਨੂੰ ਮੁਸ਼ਕਲਾਂ ਵੀ ਆ ਰਹੀਆਂ ਨੇ ਲਿਫਟਿੰਗ ਦੇ ਵਿੱਚ, ਅਦਾਇਗੀ ਦੇ ਵਿੱਚ, ਪਰ ਕਿਤੇ ਕਿਤੇ ਪ੍ਰਬੰਧ ਦਰੁਸਤ ਵੀ ਦੇਖੇ ਜਾ ਰਹੇ ਨੇ। ਸੋ ਵੱਖ ਵੱਖ ਥਾਵਾਂ ਤੇ ਮੰਡੀਆਂ ਦੇ ਕੀ ਹਾਲ ਨੇ, ਮੰਡੀਆਂ ਵਿੱਚ ਕਾਂਗਰਸ ਆਗੂ ਪੁੱਜ ਰਹੇ ਨੇ, ਡੇਰਾਬੱਸੀ ਤੋਂ ਕੁਲਵੀਰ ਦੀਵਾਨ ਮੇਰੇ ਸਹਿਯੋਗੀ ਜੁੜ ਚੁੱਕੇ ਨੇ, ਨਾਲ ਹੀ ਨਾਲ ਅੰਮ੍ਰਿਤਸਰ ਦੀ ਮੰਡੀ ਤੋਂ ਰਾਜਨ ਗੁਸਾਈ ਜੁੜ ਚੁੱਕੇ ਨੇ। ਪਹਿਲਾਂ ਕੁਲਵੀਰ ਕੋਲ ਚੱਲਦੇ ਹਾਂ ਜੀ। ਕੁਲਵੀਰ, ਡੇਰਾਬੱਸੀ ਦੀ ਮੰਡੀ ਦੇ ਕੀ ਹਾਲਾਤ ਨੇ, ਕਿਸਾਨਾਂ ਨੂੰ ਇੱਥੇ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ ਤੇ ਕਿਹੜੇ ਕਾਂਗਰਸ ਆਗੂ ਅੱਜ ਇੱਥੇ ਦੌਰਾ ਕਰਨ ਪਹੁੰਚ ਰਹੇ ਨੇ? ਦੇਖੋ ਹਰਸ਼ਰਨ, ਦੇ ਡੇਰਾਬੱਸੀ ਦੀ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਹਿਲੇ ਅਨਾਜ ਮੰਡੀ ਦਾ ਜਿਹੜਾ ਨਜ਼ਾਰਾ ਹੈ, ਜਿਹੜਾ ਦ੍ਰਿਸ਼ ਹੈ, ਉਹ ਹੀ ਵਿਖਾਉਣਾ ਚਾਹਾਂਗਾ। ਤੁਸੀਂ ਵੇਖ ਸਕਦੇ ਹੋ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪੈਨ ਕਰਕੇ ਪੂਰਾ ਮੰਡੀ ਜਿਹੜੀ ਹੈਗੀ ਹੈ ਉਹ ਸਾਡੇ ਦਰਸ਼ਕਾਂ ਨੂੰ ਦਿਖਾ ਦੇਣ, ਤਾਂ ਕਿ ਪਤਾ ਚੱਲੇ ਕਿ ਇੱਥੇ ਜਿਹੜੀਆਂ ਸੁਵਿਧਾਵਾਂ ਦੀ ਘਾਟ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਸ਼ੈੱਡ ਨਹੀਂ ਹੈ ਤੇ ਅੱਜ ਅਨਫੋਰਚੁਨੇਟਲੀ ਜਿਹੜੀ ਬਰਸਾਤ ਹੈ ਉਹ ਹਲਕੀ ਹਲਕੀ ਬਰਸਾਤ ਹੋ ਰਹੀ ਹੈ। ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਤਰਪਾਲਾਂ ਪਾ ਕੇ ਆਪਣੇ ਅਨਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਹ ਕੋਸ਼ਿਸ਼ ਕਿੰਨੀ ਕਾਮਯਾਬ ਹੋਏਗੀ ਜੇ ਭਾਰੀ ਬਰਸਾਤ ਆਉਂਦੀ ਹੈ ਤਾਂ ਨਿਸ਼ਚਿਤ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦੀ ਇੱਥੇ ਪਈ ਫਸਲ, ਜਿਹੜੇ ਅਨਾਜ ਹੈਗਾ, ਉਹ ਨਿਸ਼ਚਿਤ ਤੌਰ 'ਤੇ ਖਰਾਬ ਹੋਏਗਾ। ਅਤੇ ਅਸੀਂ ਕਿਸਾਨਾਂ ਦੇ ਨਾਲ ਗੱਲ ਵੀ ਕੀਤੀ ਸੀ, ਉਹਨਾਂ ਨੇ ਇਹ ਦੱਸਿਆ ਕਿ ਇੱਥੇ ਸਭ ਤੋਂ ਵੱਡੀ ਇਹੀ ਸਮੱਸਿਆ ਹੈ ਕਿ ਇੱਥੇ ਕੋਈ ਸ਼ੈੱਡ ਨਹੀਂ ਹੈਗਾ ਅਤੇ ਜਦੋਂ ਜਦੋਂ ਵੀ ਉਹ ਆਪਣੀ ਫਸਲ ਲੈ ਕੇ ਮੰਡੀ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਸਭ ਤੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਜੇ ਖਰਾਬ ਮੌਸਮ ਹੋਇਆ ਤਾਂ ਉਹਨਾਂ ਦੀ ਫਸਲ ਜਿਹੜੀ ਹੈ ਉਹ ਬਰਬਾਦ ਹੋ ਜਾਵੇਗੀ। ਅਤੇ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਅਤੇ ਅੱਜ ਇਹ ਇੱਕ ਸੰਯੋਗ ਵੀ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਸਿਆਸੀ ਰੋਟੀਆਂ ਸੇਕਣ ਵਾਸਤੇ ਮੰਡੀਆਂ ਦਾ ਦੌਰਾ ਕਰੇਗੀ। ਨਿਸ਼ਚਿਤ ਤੌਰ 'ਤੇ ਕਿਹਾ ਜਾ ਸਕਦਾ ਕਿ ਡੇਰਾਬੱਸੀ ਦੀ ਇਸ ਅਨਾਜ ਮੰਡੀ ਵਿੱਚ ਵੀ ਕਾਂਗਰਸ ਨੂੰ ਕਾਫੀ ਵੱਡਾ ਮੁੱਦਾ ਜਿਹੜਾ ਹੈਗਾ ਹੱਥ ਲੱਗ ਸਕਦਾ, ਕਿਉਂਕਿ ਕੁਦਰਤ ਵੀ ਕਿਤੇ ਨਾ ਕਿਤੇ ਕਾਂਗਰਸ ਦੀ ਇੱਥੇ ਹਮਾਇਤੀ ਬਣੀ ਹੋਈ ਹੈ। ਕਾਲੇ ਬਾਦਲ ਜਿਹੜੇ ਹੈਗੇ ਨੇ ਉਹ ਛਾਏ ਹੋਏ ਨੇ ਤੇ ਜੀ ਕੁਲਵੀਰ, ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਮੌਸਮ ਵੀ ਹੁਣ ਅੰਨਦਾਤਾ ਤੇ ਭਾਰੀ ਪੈ ਰਿਹਾ ਹੈ। ਜਿਸ ਤਰ੍ਹਾਂ ਇੱਥੇ ਸ਼ੈੱਡ ਨਹੀਂ ਹੈ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਢੱਕਣ ਦੇ ਲਈ, ਨਾਲ ਹੀ ਨਾਲ ਅੱਜ ਬਰਸਾਤ ਵੀ ਹੋ ਰਹੀ ਹੈ, ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਹਲਕਾ ਹਲਕਾ ਤੇ ਅੱਜ ਕਾਂਗਰਸ ਵੀ ਆ ਰਹੀ ਹੈ। ਸੋ ਅੱਜ ਜੇ ਜ਼ਿਆਦਾ ਮੀਂਹ ਪੈਂਦਾ ਹੈ ਕਿਸਾਨਾਂ ਦੀ ਫਸਲ ਬਰਬਾਦ ਹੋਣ ਦੇ ਪੂਰੇ ਚਾਂਸ ਨੇ, ਤਾਂ ਕੀ ਇੱਥੇ ਅੱਜ ਪਹੁੰਚਣ ਵਾਲੇ ਸਿਆਸੀ ਲੀਡਰ ਅੱਜ ਹੀ ਉਹਨਾਂ ਦੀ ਕਿਸੇ ਪਰੇਸ਼ਾਨੀ ਦਾ ਹੱਲ ਕਰ ਪਾਉਣਗੇ? ਕੀ ਕਿਸਾਨਾਂ ਨੂੰ ਉਹਨਾਂ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ? ਦੇਖੋ ਸਮਝਿਆ ਜਾ ਸਕਦਾ ਹਰਸ਼ਰਨ, ਕਿਉਂਕਿ ਕਾਂਗਰਸ ਜਿਹੜੀ ਹੈਗੀ ਹੈ ਇਸ ਨੂੰ ਕਾਂਗਰਸ ਦਾ ਇੱਕ ਸਿਆਸੀ ਡਰਾਮਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਕਾਂਗਰਸ ਸਮਝਦੀ ਹੈ, ਕਾਂਗਰਸ ਦੀ ਗੱਲ ਕਰੀਏ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੀ ਗੱਲ ਕਰੀਏ, ਉਹ ਸਮਝਦੀ ਹੈ ਕਿ ਇੱਕ ਕਿਸਾਨ ਜਿਹੜਾ ਹੈਗਾ ਇੱਕ ਵੱਡਾ ਵੋਟ ਬੈਂਕ ਹੈ ਪੰਜਾਬ ਦਾ, ਅਤੇ ਇਹ ਵੇਲਾ ਜਿਹੜਾ ਹੈਗਾ, ਕਿਉਂਕਿ ਕਿਸਾਨ ਮੰਡੀਆਂ 'ਚ ਉਹਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਨੇ, ਜਿਹੜੀਆਂ ਮੁਸ਼ਕਲਾਂ ਨੇ, ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਇਸ ਵੇਲੇ ਉਸਦੇ ਜ਼ਖਮ 'ਤੇ ਜੇ ਕੋਈ ਸਿਆਸੀ ਮਰਹਮ ਲੱਗਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਹਰ ਪਾਰਟੀ ਚਾਹੇਗੀ ਕਿ ਇਹ ਸਿਆਸੀ ਮਰਹਮ ਲਗਾ ਕੇ ਅੰਮ੍ਰਿਤਸਰ ਤੋਂ ਰਾਜਨ ਗੁਸਾਈ ਵੀ ਜੁੜੇ ਹੋਏ ਨੇ, ਹੁਣ ਉਹਨਾਂ ਕੋਲ ਚੱਲਦੇ ਹਾਂ। ਰਾਜਨ, ਇੱਥੋਂ ਦੀ ਜੋ ਅਨਾਜ ਮੰਡੀ ਹੈ ਉਸਦੇ ਕੀ ਹਾਲਾਤ ਨੇ, ਉੱਥੇ ਕਿਸਾਨ ਸੰਤੁਸ਼ਟ ਨੇ ਜਾਂ ਪਰੇਸ਼ਾਨ ਨੇ, ਅਤੇ ਕਿਹੜੇ ਆਗੂ ਕਾਂਗਰਸ ਦੇ ਅੱਜ ਇੱਥੇ ਪਹੁੰਚ ਰਹੇ ਨੇ ਦੌਰਾ ਕਰਨ?
जी हरशरण जी अज गल की जाए तो अज कांग्रेस के जिहड़े विधानसभा दे विच नेता विपक्ष ने चरणजीत सिंह चन्नी ओह अज अमृतसर की दाना मंडी का दौरा करनगे और किसानां दीआं जिहड़ीआं समस्यावां ने उन्हां नूं सुनन दी और उन्हां नूं जानने की कोशिश करेंगे। लेकिन मैं तुहानूं दस दूंगा कि मैं इस टाइम अमृतसर की दाना मंडी दे विच खड़ा और तुसीं देख सकते हो मेरे पिछे जिहड़े किसान ने ओह इत्थे अपनी कणक जिहड़ी है लैके आए ने और साफ तौर पर उन्हां दी कणक दी जिहड़ी है भराई वी जिहड़ी उत्थे शुरू हो गई है। जे गल की जाए तो इत्थे पंज सौ पन ग्रेन मार्कफेड और जिहड़ी एफसीआई है उन्हां वल्लों जिहड़ी कणक दी है उह भराई कीती जा रही है। लिफ्टिंग जिहड़ी है कल तक हो चुकी सी और जिहड़ी नवी कणक इत्थे आ रही उहदी लिफ्टिंग अज भराई हो रही है और उस तों बाद शुरू हो जाएगी। और जे किसानां दी गल करिए ते इत्थे जिहड़े रात नूं जिहड़ा हनेरी चली सी और उस तों बाद बारिश वी जिहड़ी होई सी और लेकिन इत्थे शैड वगैरह जिहड़े हैगे उहदे कारण जिहड़ा बचाव हो गया इत्थे फसल नूं ज्यादा नुकसान नहीं होया। हुण इस टाइम मौसम जिहड़ा मौसम काफ़ी साफ है और किसान जिहड़े ने उहनां दा इही कहिणा कि जिहड़ी अमृतसर की दाना मंडी उत्थे दे इंतजाम हैगे ने लेकिन जिहड़े दूसरे इलाके ने छोटे छोटे जिवें चौगावां हो गया बॉर्डर एरिया दे अजनाला की दाना मंडी हो गई या दूसरे जिहड़ी छोटे छोटे पिंडां की दाना मंडी है उत्थे ज़्यादा इंतजाम नहीं उत्थे लिफ्टिंग शुरू नहीं उत्थे दो दो तीन तीन दिन किसानों नूं मंडियां दे विच रुकना पैंदा है। इसलिए किसान जिहड़े ने उह अमृतसर की दाना मंडी दा रुख कर रहे हैं क्योंकि इत्थे जिन्नियां भी खरीद एजेंसियां ने उह इत्थे आ के जिहड़ी कणक की खरीद कर रही है आड़तियां दे थ्रू जिहड़ी है खरीद कर रही है। तो बहुत चंगी गल है कि इस अमृतसर की अनाज मंडी के जिहड़े खरीद के प्रबंध ने दुरुस्त ने। तो राजन अज जिस तरह कांग्रेस के आगू इतने पहुंच रहे हैं मंडिया का दौरा करन किसानों की मुश्किलां सुन किसानों का इस दौरे के संबंधी की कहना है की सोचते हैं। जी बिल्कुल किसान जिहड़े ने उहनां दा इही सोचना है कि जिहड़ा जिहड़ी भी सियासी पार्टी इत्थे आउंदी है आ के उहनां नूं सुविधावां देण दी जिहड़ी है गल करदी है। जे किसानां दी गल करिए तां किसान कल वी इत्थे सानूं मिले सन और उहनां दा इही कहना सी कि इह हुण इलैक्शन वरा चोणां दा वरा 2017 दे विच विधानसभा दीआं चोणां ने इस लई जिहड़ी है अदायगी भी जिहड़ी पेमेंट भी जिहड़ी है उह जारी जल्दी करन दी गल कीती जा रही है। लेकिन जे पिछले साल दी गल कीती जावे तां पिछले साल उहनां नूं काफ़ी मुश्किलां आईआं सन लिफ्टिंग काफ़ी देर नाल होई सी। हालांकि जे कणक की जिहड़ी गल की जाती कणक की जिहड़ी फसल है वह चुकी जाती है जल्दी चुक लैंदे है सरकार लेकिन उन्होंने जिहड़ी झोने की फसल होंदी है जे 11-21 जिहड़ी पिछले इसे साल के जिहड़े झोने की फसल सी वह बर्बाद हो गई और किसान यही गल कर रहे हैं कि उन्होंने जिहड़ा मुआवजा दिता जाए और जिहड़ा जिहड़ी 4500 रुपए की क्विंटल फी 11-21 की जिहड़ी फसल सी उन्होंने विकती सी 2200 तक विकी तो जिहड़े कर्जे दे विच लोग किसान फसे ने उन्हें कर्जा माफ करन की भी गल है जिहड़े किसान करते हैं। लेकिन जे कणक की गल की जाए तो कणक की अदायगी तो और जी लिफ्टिंग इस बार हो रही है उत्थों किसान खासे खुश दिखाई जी जी। राजन कुलवीर देखिया असी दोवां मंडियां दे हालात वेखे और इतने कांग्रेस आगू अज दौरे करन पहुंच रहे असी लगातार तुहाडे नाल बने रहांगे ताज़ा जानकारी लैंदे रहांगे। फिलहाल जानकारी देने लई बहुत बहुत धन्यवाद। सो दोवां मंडियां दे असी हालात वेखे डेराबसी ते अमृतसर अमृतसर दे विच हालात कुछ चंगे दिखाई दिते पर डेराबसी कुदरत भी कहरवान हो गई जापदी है। पर वड्डा सवाल यही रहेगा कि जो ये कांग्रेसी आगू इन्हां सीजना दे विच कणक जां फसल दे सीजना दे विच अपनियां सियासी रोटियां सेकण आउंदे ने जां फिर सचमुची जमीनी पद्धर ते किसानां दीआं मुश्किलां दे हल लई कोई कदम चुकदे ने। अगे वधदे आं मुख्यमंत्री सरदार प्रकाश सिंह बादल वल्लों पीएम श्री नरेंद्र मोदी नूं मिलण तों बाद आरबीआई ने कणक दी खरीद लई 17,530 करोड़ क्रैडिट लिमिट जारी कर दित्ती है। पर विरोधी धिर वल्लों इह सवाल पुछिआ जा रिहा है कि आखिर इह नौबत आई ही क्यों। पंजाब दीआं मंडियां कणक दी सुनहरी फसल नाल गुलजार ने पर मंडियां च फसल दी चुकाई ते किसानां नूं अदायगी दे मसले ते सियासी हाहाकार है। मुख्यमंत्री दी अर्ज ते बेशक आरबीआई वल्लों 17,530 करोड़ रुपए दी कैश क्रेडिट लिमिट जारी कर दित्ती गई है पर विरोधी पार्टियां नूं वेड़े आई जन ते विनो कुड़ी दे कन वाली पंजाब सरकार दी कार्यशैली ते इतराज़ है। अपने नूं पता वा कि जदों फसल आ जांदी है उहदा पैसे देणे आ अदायगी करनी पऊगी सरकार प्रिपेयर्ड नहीं सी इहदे वास्ते ਇਹਦੇ ਵਾਸਤੇ ਚਾਹੀਦਾ ਤਾਂ ਸੀ ਕਿ ਪਹਿਲਾਂ ਜਾ ਕੇ ਪਤਾ ਕਰਦੇ ਵੀ ਸਾਡੇ ਕੋਲ ਕਿੰਨੇ ਪੈਸੇ ਆ ਜੇ ਅਦਾਇਗੀ ਨਹੀਂ ਹੋ ਰਹੀ ਪੈਸਾ ਨਹੀਂ ਆ ਰਿਹਾ ਸੀ ਸੀ ਐਲ ਉੱਥੋਂ ਨਹੀਂ ਆ ਰਿਹਾ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹਦੇ ਮੁਤਾਬਕ ਪੈਸਾ ਨਹੀਂ ਆ ਰਿਹਾ ਕੀ ਵਜ੍ਹਾ ਵਾ ਸੋ ਪਹਿਲਾਂ ਤੁਸੀਂ ਕੋਈ ਇਹਦੇ ਕਦਮ ਚੁੱਕੇ ਨਹੀਂ ਨਾ ਅਫੀਸ਼ਲਸ ਨੇ ਨਾ ਜਿਹੜੇ ਇਹਦਾ ਮੰਤਰੀ ਹੈ ਆਰਬੀਆਈ ਨੇ ਪੈਸਾ ਰਿਲੀਜ਼ ਕਰ ਦਿੱਤਾ ਹੈ ਜੇ ਉਹ ਪੈਸਾ ਰਿਲੀਜ਼ ਹੋਇਆ ਹੈ ਤਾਂ ਉਹ ਫੌਰੀ ਤੌਰ 'ਤੇ ਲੋਕਾਂ ਤੱਕ ਪਹੁੰਚ ਜਾਣਾ ਚਾਹੀਦਾ ਅਜੇ ਤੱਕ ਵੀ ਕਿਸਾਨ ਮੰਡੀਆਂ ਦੇ ਵਿੱਚ ਰੋ ਰਹੇ ਹੈ ਉਹਨਾਂ ਦੀ ਫਸਲ ਰੁਲ ਰਹੀ ਹੈ ਮੈਂ ਸਮਝਣਾ ਕਿ ਅਜੇ ਤੱਕ ਕੋਈ ਸੁਧਾਰ ਹੋਇਆ ਨਹੀਂ ਹੈ। उधर हाकम धिर का मानना है कि इस पूरे मामले च कोई तकनीकी गलफत सी जो हुण दूर हुई है ते सीसीएल दा एक हिस्सा जारी हो गया है नाल ही वह सूबा सरकार दे किसान हितैषी होण दा दावा भी कर रहे ने। तो मैं कहीं ना कहीं कुछ डिस्क्रिपेंसीज पॉइंट हुई थी
जो पंजाब सरकार के हिसाब से एक कन्फ्यूजन है, क्योंकि हमारा इनसे बहुत सारा अमाउंट लेना केंद्र सरकार से बनता है और वो उनके पास है और वो उसको रिकनसाइल नहीं कर रहे हैं। मुझे लगता है कि राज्य सरकार का जो बिंदु थे और राज्य सरकार के जो तर्क थे उनको केंद्र सरकार ने कहीं ना कहीं माना है और इसलिए इमीडिएट ये रिलीफ प्रोवाइड की गई है। कितने ना कितने जो कोई प्रॉब्लम आती है तो पंजाब के मुख्यमंत्री सरदार प्रकाश सिंह जी बाल साहब आप पहल करते हैं। जो कितने टैक्निकली कोई प्रॉब्लम आई थी बाल साहब मोदी जी मिले, साड़ी विरोधी पार्टियां सिर्फ तो सिर्फ पॉलिटिक्स कर दी। मंडिया च किसानों की खज्जल खुआरी आम वर्तारा है, पर चोणां नेड़े ने सो सियासी पार्टियां किसानी नाल जुड़े हर मसले नूं आपो अपने सियासी जुग्राफिए तो वेख रही ने। चंडीगढ़ तो पुनीत परिंजा ते नीतिका महेश्वरी दे नाल राजन गोसाई, जी मीडिया अमृतसर। हुण उन्हां किसानां लई थोड़ी राहत दी खबर है जिन्हां दी कणक दी फसल दी खरीद तां हो चुकी है पर अदायगी करके मंडियां दे विच हाले रुल रही है। राहत दी खबर यह है कि इस मुश्किल दा हल होण दी हुण थोड़ी उम्मीद बची है। अनाज मंडियां विच कणक दी लिफ्टिंग दीआं तैयारियां कीतीआं जा रहीआं ने। किसानां दे चेहरे ते सकून नजर आ रहा है क्योंकि हुण इन्हां नूं उम्मीद है कि छेती ही कणक दी अदायगी हो जाएगी। केंद्र सरकार वालों कणक की खरीद लई रकम जारी कर दी गई है। अमृतसर की मंडी विच फिलहाल तकरीबन 12 लाख टन कणक रखी गई है जिस विचों 2 लाख टन कणक की खरीद हो चुकी है। केंद्र सरकार वालों कणक की खरीद लई 17,530 करोड़ रुपए की राशि जिहड़ी है जारी कर दी गई है। उस तो बाद मंडियां दे विच तुसीं देख सकते हो कि खरीदारी और जिहड़ी भराई है वह शुरू कर दी गई है। इस तो अलावा लिफ्टिंग जिहड़ी है वह भी शुरू कर दी गई। जे इत्थों दे आड़तियां की गल करिए तो उन्हां दा कहना है कि 18 तारीख की जिहड़ी इत्थों खरीदारी शुरू की गई सी और हले तक कल तक की जे गल करिए तो कल तक 2 लाख क्विंटल जिहड़ी कणक है वह खरीद ली गई। मंडियां विच कणक दी खरीद तां जारी है पर हाले उसकी अदायगी लई आड़तियां नूं बिल जारी नहीं हो सके। पर आड़तीए भी हुण आसवान ने कि उन्हां नूं छेती ही खरीद एजेंसियां वल्लों पेमेंट जारी हो जाएगी। 18 तरीक तों मतलब प्रोपर सारियां एजेंसियां मतलब 4 एजेंसियां साडियां ते प्रोपर मतलब परचेज कर रहीआं। मतलब कल तक उन्हां 4 लख कट्टा मतलब परचेज कर लिया। टोटल मतलब साडा इत्थे 12-13 लख कट्टा मतलब आउंदा इत्थे अमृतसर मंडी च। पेमेंट दा पहलों तो सारे तुम जानते जो मतलब प्रॉब्लम आई थी जी मतलब भी सारे पंजाब की तो अज हम मतलब सू एजेंसियां ने मतलब भी दसिया भी अपने कार्ड स्वाइप कराओ तो 1-2 दिन तेजे खात मतलब पेमेंट आ जाऊगी। कणक की खरीद शुरू हुए 20 दिन लंघ चुके ने तो इन्होंने 20 दिन किसानों ने खासिया मुश्किल झलिया ने पर हूँ अन्नदाता देशानियां खत्म होंदिया नजर आ रही ने। ब्यूरो रिपोर्ट के राजन गुसाई, जी मीडिया अमृतसर। उधर बठिंडा जिले के एक पिंड के किसानों उत्ते मुसीबतों का पहाड़ टुट पिया। उन्होंने खेतों में तैयार हो चुकी फसल वड्ढन तो पहला ही अग की भेंट चढ़ गई है। इन्हां किसान परिवारों वालों हुण सरकार वालों मुआवजे की मांग की जा रही है। खेतों में लगी है अग सिर्फ कणक की खड़ी फसल नू ही नहीं सगों किसानों दी उम्मीदां उन्हां दे सुपने अते उन्हां दी मेहनत नू भी सुआह कर रही है। ये तस्वीर सामने आईया ने बठिंडा के पिंड चकदाने वाला तो जिथे खेतों में लगे ट्रांसफार्मर विचों निकली एक चिंगारी ने 50 एकड़ जमीन च लगी कणक की फसल का नुकसान कर दिता। पिंड वालों जिमें ही अग लगन बारे पता लग्या उन्होंने मौके पर पहुँच के अपने पद्धर से अग बुझाउणी शुरू की। इल्जाम ने कि फायर ब्रिगेड इतलाह देण दे 1 घंटे बाद पहुंची जिस करके नुकसान होर वध गया। केंद्रीय मंत्री हरसिमरत कौर बादल का कहना है कि प्रशासन वालों कुछ दिनों लिए बिजली बंद भी की गई सी पर गर्मी होने करके उस ज्यादा दिन अजिहा नहीं कर सकते सी। बहुत ज्यादा इन्नी गर्मी च बिजली बंद रखनी भी औखी है। सो यहो जी चीजा होंदिया ने इहदी पूरी इनक्वायरी कीती बड़ी दुख दी गल है। प्रशासन ने भी किसानों नूं भरोसा दिता है कि अग लगण दे कारण सामने आउण दे बाद उन्हां नूं बनदा मुआवजा दिता जाएगा। ਸੀ ਆਪਦੇ ਰੈਵਨਿਊ ਸਟਾਫ ਦੇ ਰਾਹੀਂ ਇਹਦਾ ਜਾਇਜ਼ਾ ਲਵਾ ਰਹੇ ਹਾਂ ਤੇ ਇਹਦੀ ਅਸੈਸਮੈਂਟ ਕਰਕੇ ਬਣਦਾ ਮੁਆਵਜ਼ਾ ਜ਼ਮੀਂਦਾਰਾਂ ਤੱਕ ਪਹੁੰਚਾਵਾਂਗੇ। ਕਿਉਂਕਿ ਹੁੰਦੀਆਂ ਉਹ ਭਿੜਨ ਨਾਲ ਕੋਈ ਚਿੰਗਾਰੀ ਛੁੱਟ ਜਾਂਦੀ ਹੈ ਔਰ ਨੀਚੇ ਜਿਹੜੀ ਫਸਲ ਖੜੀ ਹੈ ਉਹ ਬਿਲਕੁਲ ਹੀ ਇਸ ਵੇਲੇ ਤਿਆਰ ਹੈ, ਸੁੱਕੀ ਹੋਈ ਹੈ, ਇਸ ਕਰਕੇ ਅੱਗ ਦੀ ਘਟਨਾਵਾਂ ਹੋ ਰਹੀਆਂ ਨੇ। ਕਦੇ ਮੌਸਮ ਦੀ ਮਾਰ, ਕਦੇ ਕਰਜ਼ੇ ਦੀ ਮਾਰ ਤਾਂ ਕਦੇ ਮੰਡੀਆਂ 'ਚ ਅਦਾਇਗੀ ਨਾ ਹੋਣਾ ਤੇ ਹੁਣ ਅੱਗ ਲੱਗਣ ਨਾਲ ਕਿਸਾਨਾਂ ਦੀ ਫਸਲ ਬਰਬਾਦ ਹੋਣਾ, ਚੌਤਰਫਾ ਮਾਰ ਚੱਲ ਰਿਹਾ। ਕਿਸਾਨ ਪਰੇਸ਼ਾਨ ਹੈ ਤੇ ਉਸਨੂੰ ਸਰਕਾਰ ਤੋਂ ਹੀ ਮਦਦ ਦੀ ਆਸ ਹੈ।
ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। SYL ਮਾਮਲੇ ਤੇ ਦਿੱਲੀ ਸਰਕਾਰ ਵੱਲੋਂ ਹਟਾਏ ਗਏ ਵਕੀਲ ਸੁਰੇਸ਼ ਤ੍ਰਿਪਾਠੀ ਨੇ ਵੱਡਾ ਬਿਆਨ ਦਿੱਤਾ। ਵਕੀਲ ਸੁਰੇਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਤੋਂ ਪੁੱਛ ਕੇ ਹੀ ਸੁਪਰੀਮ ਕੋਰਟ ਵਿੱਚ ਜਵਾਬ ਦਾਖਲ ਕੀਤਾ ਸੀ ਤੇ ਕੋਈ ਐਫੀਡੇਵਿਟ ਨਹੀਂ ਦਿੱਤਾ ਗਿਆ ਸੀ। SYL ਦੇ ਮੁੱਦੇ ਤੇ ਅਦਾਲਤ ਵਿੱਚ ਦਿੱਲੀ ਸਰਕਾਰ ਦਾ ਪੱਖ ਰੱਖਣ ਤੋਂ ਬਾਅਦ ਅਹੁਦੇ ਤੋਂ ਹਟਾਏ ਗਏ ਵਕੀਲ ਸੁਰੇਸ਼ ਤ੍ਰਿਪਾਠੀ ਨੇ ਦਾਅਵਾ ਕੀਤਾ ਕਿ ਉਸ ਖਿਲਾਫ ਹੋਈ ਕਾਰਵਾਈ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕੀਤੀ ਗਈ ਹੈ। ਸਾਡੇ ਪੱਤਰਕਾਰ ਵੱਲੋਂ ਸੁਰੇਸ਼ ਤ੍ਰਿਪਾਠੀ ਨਾਲ ਫੋਨ ਤੇ ਕੀਤੀ ਗਈ ਗੱਲਬਾਤ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਦਾਲਤ ਵਿੱਚ ਜੋ ਪੱਖ ਉਨ੍ਹਾਂ ਨੇ ਰੱਖਿਆ ਸੀ ਉਹ ਹਲਫਨਾਮਾ ਨਹੀਂ ਬਲਕਿ ਰਿਟਰਨ ਸੁਜੈਸ਼ਨ ਸੀ ਜੋ ਕੋਰਟ ਨੇ ਮੰਗੀ ਸੀ। ਪਰ ਦਿੱਲੀ ਗਵਰਨਮੈਂਟ ਨੇ ਕਿਉਂ ਆਪਕੋ ਹਟਾਨੇ ਕੀ ਕਿਆ ਵਜ੍ਹਾ ਰਹੀ? ਪੰਜਾਬ ਇਲੈਕਸ਼ਨ ਇੱਕ ਤਾਂ ਮੈਨੇ ਕੋਈ ਐਫੀਡੇਵਿਟ ਫਾਈਲ ਨਹੀਂ ਕੀਤਾ ਥਾ, ਉਨ੍ਹਾਂ ਨੇ ਪ੍ਰੈਸ ਵੀ ਝੂਠ ਬੋਲਾ ਹੈ। ਜੀ ਮੈਨੇ ਰਿਟਨ ਸਬਮਿਸ਼ਨ ਫਾਈਲ ਕੀਤਾ ਥਾ, ਉਹ ਹੁੰਦਾ ਹੈ ਲਾਇਰ ਕਾ ਸਬਮਿਸ਼ਨ। ਜੀ ਉਸਮੇਂ ਕੋਈ ਐਫੀਡੇਵਿਟ ਨਹੀਂ ਥਾ। ਜੀ ਰਹਾ ਜੋ ਐਫੀਡੇਵਿਟ 2004 ਮੈਂ ਫਾਈਲ ਹੋਇਆ ਥਾ, ਉਹ ਕੋਈ ਪੋਲੀਟੀਕਲ ਪਾਰਟੀ ਕਾ ਐਫੀਡੇਵਿਟ ਨਹੀਂ ਥਾ, ਉਹ ਚੀਫ ਸੈਕਟਰੀ ਦਿੱਲੀ ਕਾ ਥਾ, ਇਸ ਰਘੁਨਾਥ ਸਿੰਘ ਦਾ। ਉਧਰ ਸੁਰੇਸ਼ ਤ੍ਰਿਪਾਠੀ ਨੇ ਦਿੱਲੀ ਸਰਕਾਰ ਦੀ ਉਸ ਦਲੀਲ ਤੇ ਵੀ ਸਵਾਲ ਚੁੱਕੇ ਨੇ ਜਿਸ ਵਿੱਚ ਕਿਹਾ ਗਿਆ ਸੀ ਕਿ ਵਕੀਲ ਨੇ ਆਪਣੇ ਪੱਧਰ ਤੇ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਇਸੇ ਸੁਰੇਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਇਸ ਮੁਤਲਕ ਸੰਬੰਧਿਤ ਮਹਿਕਮਿਆਂ ਨੂੰ ਉਨ੍ਹਾਂ ਇਹ ਵਿਖਾਇਆ ਸੀ। ਜੋ ਮੈਂਬਰ ਵਾਟਰ ਹੈ ਦਿੱਲੀ ਜਲਬੋਰਡ ਦੇ, ਮੈਨੂੰ ਪੁੱਛੀਏ ਜਿਸ ਦਿਨ ਮੈਨੇ ਸਰਕੂਲੇਟ ਕੀਤਾ ਥਾ, ਉਸਕਾ ਇੱਕ ਦਿਨ ਪਹਿਲੇ ਮੈਨੇ ਆਲਰੇਡੀ ਉਨਕੋ ਮੇਲ ਭੇਜ ਚੁੱਕਾ ਥਾ, ਉਹ ਸੀਓ ਕੋ ਵੀ ਭੇਜ ਚੁੱਕੇ ਥੇ, ਔਰ ਉਸਕਾ 7 ਦਿਨ ਪਹਿਲੇ 8 ਤਾਰੀਖ ਕੋ ਹਮਨੇ ਸਬਮਿਸ਼ਨ ਡਾਲੇ, ਉਸਕਾ 7 ਦਿਨ ਪਹਿਲੇ ਹੀਅਰਿੰਗ ਮੈਂ ਹਮਨੇ ਸੁਪਰੀਮ ਕੋਰਟ ਮੈਂ ਬਤਾਇਆ ਕਿ ਹਮ ਹਰਿਆਣਾ ਕੋ ਸਪੋਰਟ ਕਰਤੇ ਹੈਂ, ਔਰ ਦੋਨੋ ਸੀਓ ਔਰ ਮੈਂਬਰ ਇਨਕੋ ਜਾਣਕਾਰੀ ਥਾ, ਉਸੀ ਬੇਸਿਸ ਮੈਂ ਸਬਮਿਸ਼ਨ 7 ਦਿਨ ਮੈਂ ਬਣਾਇਆ ਗਿਆ ਔਰ ਉਨਕੋ ਭੇਜਿਆ ਗਿਆ। ਉਧਰ ਦਿੱਲੀ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਮੁਤਾਬਕ SYL ਤੇ ਸਰਕਾਰ ਦੇ ਸਟੈਂਡ ਦਾ ਪੰਜਾਬ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹਨਾਂ ਵਕੀਲ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਕਿਹਾ ਕਿ ਮਾਮਲੇ ਬਾਰੇ ਉਹਨਾਂ ਨੂੰ ਭਾਵੇਂ ਪਤਾ ਸੀ ਪਰ ਐਫੀਡੇਵਿਟ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੰਜਾਬ ਮੇ ਚੁਣਾਵ ਕਾ ਔਰ ਸੁਪਰੀਮ ਕੋਰਟ ਕਾ ਔਰ ਵਕੀਲ ਕਾ ਮੇਰੇ ਕੋ ਲਗਤਾ ਹੈ ਕੋਈ ਇਸ ਤਰ੍ਹਾਂ ਕੀ ਬਾਤੇ ਨਹੀਂ ਹੈ, ਉਨਕੋ ਹਟਾਨੇ ਕੇ ਰੀਜ਼ਨ ਉਸ ਦਿਨ ਬਤਾ ਦੀਏ ਗਏ। ਨਹੀਂ ਮੇਰਾ ਯੇ ਕਹਿਣਾ ਨਹੀਂ ਹੈ ਕਿ ਮੈਨੂੰ ਜਾਣਕਾਰੀ ਨਹੀਂ ਦੀ ਗਈ ਥੀ, ਪੂਰੀ ਜਾਣਕਾਰੀ ਮੇ ਥਾ, ਲੇਕਿਨ ਵੋ ਜੋ ਪੱਤਰ ਕੋਰਟ ਕੇ ਅੰਦਰ ਦੀਆ ਗਿਆ ਉਸਕੇ ਬਾਰੇ ਮੇ ਕਿਸੀ ਸੇ ਅਨੁਮਤੀ ਨਹੀਂ ਲੀ ਗਈ ਥੀ। SYL ਦੇ ਮੁੱਦੇ ਤੇ ਹਰ ਸੂਬੇ ਚ ਸਿਆਸੀ ਘਮਸਾਨ ਜਾਰੀ ਹੈ। ਇਸ ਦਰਮਿਆਨ ਦਿੱਲੀ ਸਰਕਾਰ ਵੱਲੋਂ ਹਟਾਏ ਸਰਕਾਰੀ ਵਕੀਲ ਦੇ ਸਾ ਤਾਜ਼ਾ ਬਿਆਨ ਨੇ ਇਸ ਮੁੱਦੇ ਤੇ ਤੁਖ ਦੀ ਅੱਗ ਨੂੰ ਮੁੜ ਹਵਾ ਦਿੱਤੀ ਹੈ। ਪੰਕਜ ਪਾਹੀ, ਜ਼ੀ ਮੀਡੀਆ, ਦਿੱਲੀ। ਤੇ ਵਕੀਲ ਸੁਰੇਸ਼ ਤ੍ਰਿਪਾਠੀ ਵੱਲੋਂ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ ਤੇ ਵੀ ਹੁਣ ਸਿਆਸਤ ਭਖ ਗਈ ਹੈ। ਅਕਾਲੀ ਦਲ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਉੱਤੇ ਤਿੱਖਾ ਹਮਲਾ ਕੀਤਾ ਹੈ ਤਾਂ ਆਮ ਆਦਮੀ ਪਾਰਟੀ ਦੀ ਦਲੀਲ ਹੈ ਕਿ ਉਹ SYL ਦੇ ਮੁੱਦੇ ਤੇ ਆਪਣਾ ਸਟੈਂਡ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ। ਦੋਨੋ ਝੂਠ ਹੈ, ਮੈਨੇ ਕੋਈ ਐਫੀਡੇਵਿਟ ਫਾਈਲ ਨਹੀਂ ਕੀਤਾ ਥਾ, ਉਨਕਾ ਪ੍ਰੈਸ ਵੀ ਝੂਠ ਬੋਲਾ ਹੈ। ਦਿੱਲੀ ਸਰਕਾਰ ਵੱਲੋਂ ਹਟਾਏ ਗਏ ਸਰਕਾਰੀ ਵਕੀਲ ਦੇ ਇਸ ਕਬੂਲਨਾਮੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਸਫਾਂ ਚ ਗਰਮਾਹਟ ਆਉਣੀ ਜ਼ਾਹਿਰ ਸੀ। ਵਿਰੋਧੀ ਪਾਰਟੀਆਂ ਨੇ ਮੁੜ ਮੋਰਚਾ ਖੋਲ ਦਿੱਤਾ ਹੈ। BJP ਦੀ ਦਲੀਲ ਹੈ ਕਿ ਆਮ ਆਦਮੀ ਪਾਰਟੀ ਦਾ ਝੂਠ ਬੇਪਰਦਾ ਹੋ ਚੁੱਕਾ ਹੈ, ਜਦਕਿ ਅਕਾਲੀ ਦਲ ਤੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੂੰ SYL ਦੇ ਮੁੱਦੇ ਤੇ ਘੇਰਿਆ ਹੈ। ਆਮ ਆਦਮੀ ਪਾਰਟੀ ਜਿਹੜੀ ਆਪਾਂ ਉਸ ਵਾਸਤੇ ਜੇ ਗਿਰਕੜ ਦੀ ਤਰ੍ਹਾਂ ਕਹਿ ਲਈਏ ਜਾਂ ਰੰਗ ਬਦਲਣ ਵਾਲੀ ਪਾਰਟੀ ਕਹਿ ਲਈਏ ਤਾਂ ਉਹ ਆਮ ਆਦਮੀ ਪਾਰਟੀ। ਜੇਕਰ ਕੋਈ ਹਲਫੀਆ ਬਿਆਨ ਜਾਂਦਾ ਹੈਗਾ ਉਹ ਬਕਾਇਦਾ ਫਾਈਲ ਤਿਆਰ ਹੁੰਦੀ ਹੈ, ਸੈਕਟਰੀ ਕੋਲ ਜਾਂਦੀ ਹੈ, ਮਿਨਿਸਟਰ ਤੋਂ ਅਪਰੂਵਲ ਹੁੰਦੀ ਆ, CM ਤੱਕ ਫਾਈਲਾਂ ਪਹੁੰਚਦੀਆਂ ਜਿਹੜੇ ਸੀਰੀਅਸ ਮਸਲੇ ਹੁੰਦੇ ਆ, ਉਸ ਤੋਂ ਬਾਅਦ ਜਿਹੜਾ ਬਿਆਨ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਅੰਦਰ ਜਾਂਦਾ ਹੈ। ਗਲਤ ਕੰਮ ਕਰਨਾ, ਝੂਠ ਬੋਲਣਾ ਔਰ ਉਸ 'ਤੇ ਫਿਰ ਪਰਦਾ ਡਾਲਣਾ। ਅਬ ਇਹ ਬਤਾਈਏ, ਇੱਕ ਸਰਕਾਰ ਹੈ, ਦਿੱਲੀ ਮੇ ਸਰਕਾਰ ਹੈ, ਚੁਣੀ ਹੋਈ ਸਰਕਾਰ ਹੈ, ਉਨਕਾ ਵਕੀਲ ਹੈ, ਕੋਈ ਵੀ ਵਕੀਲ ਸਰਕਾਰ ਕੀ ਸਹਿਮਤੀ ਕੇ ਬਿਨਾ, ਸਰਕਾਰ ਕੇ ਅਪਰੂਵਲ ਕੇ ਬਿਨਾ ਕੋਈ ਐਫੀਡੇਵਿਟ ਕੋਰਟ ਮੇ ਸਬਮਿਟ ਨਹੀਂ ਕਰ ਸਕਦਾ। ਜੇ ਉਹ ਸਾਰੇ ਪਾਸੋਂ ਚੈੱਕ ਹੋ ਕੇ ਵਕੀਲ ਨੇ ਐਫੀਡੇਵਿਟ ਫਾਈਲ ਕੀਤਾ ਤੇ ਮੈਂ ਸਮਝਣਾ ਹੈ ਕਿ ਇਹ ਜਿਹੜਾ ਵੀ ਉਹ ਦਾ ਖੇਲ ਰਿਹਾ ਹੈ, ਇਹ ਕੇਜਰੀਵਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪੰਜਾਬ ਦੇ ਲੋਕਾਂ। ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ ਤਾਂ ਸਵਾਲਾਂ ਚ ਘਿਰੀ ਆਮ ਆਦਮੀ ਪਾਰਟੀ ਦੀ ਦਲੀਲ ਹੈ ਕਿ ਇਸ ਮੁੱਦੇ ਤੇ ਪਾਰਟੀ ਪਹਿਲਾਂ ਹੀ ਆਪਣਾ ਸਟੈਂਡ ਸਪਸ਼ਟ ਕਰ ਚੁੱਕੀ ਹੈ। ਜੇ ਉਹ ਦਿੱਲੀ ਨੂੰ ਰਿਪ੍ਰੈਜ਼ੈਂਟ ਕਰ ਰਿਹਾ ਸੀ ਤੇ ਉਹਨੂੰ ਪਹਿਲਾਂ ਤੇ ਚਾਹੀਦਾ ਸੀਗਾ ਵੀ ਹਾਈਐਸਟ ਲੈਵਲ ਤੇ ਇਹਦੀ ਅਪਰੂਵਲ ਲੈਂਦਾ, ਕਿਉਂਕਿ ਇਹ ਇੰਟਰਸਟੇਟ ਮਸਲਾ ਬਣਿਆ ਵਾ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਵਾ, ਪੰਜਾਬ ਨਾਲ ਕੰਸਰਨਡ ਹੈ, ਦਿੱਲੀ ਦਾ ਪਾਣੀ ਇਹਦੇ 'ਚ ਇਨਵੋਲਵਡ ਆ, ਹੋਰ ਰਾਜ ਵੀ ਇਹਦੇ 'ਚ ਇਨਵੋਲਵਡ ਆ, ਉਹਨੂੰ ਹਾਈਐਸਟ ਲੈਵਲ 'ਤੇ ਅਸ਼ੋਰੈਂਸ ਜਾਂ ਇਹਦੀ ਇਹਦੀ ਕਲੈਰਿਟੀ ਔਰ ਇਹਦੀ ਅਪਰੂਵਲ ਲੈਣੀ ਚਾਹੀਦੀ ਸੀਗੀ, ਉਹਨੇ ਕੋਈ ਸਟੇਟਮੈਂਟ ਆਪਣੀ ਦਿੱਤੀ। SYL ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਸੋ ਇਸ ਮਸਲੇ ਨੂੰ ਆਪੋ ਆਪਣੇ ਗੁਣਾ ਗਣਿਤ ਤਹਿਤ ਹਰ ਕੋਈ ਵਰਤਣ ਦੇ ਜੁਗਾੜ 'ਚ ਹੈ। ਚੰਡੀਗੜ੍ਹ ਤੋਂ ਪ੍ਰੀਤ ਪ੍ਰਿੰਜਾ ਤੇ ਨਿਤਕਾ ਮਹੇਸ਼ਵਰੀ ਦੇ ਨਾਲ ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ।
ਹੁਣ ਖਬਰ ਹੈ ਉਸ ਬੇਸ਼ਕੀਮਤੀ ਕੋਹੇਨੂਰ ਹੀਰੇ ਨਾਲ ਜੁੜੀ ਹੋਈ ਜੋ ਕਿਸੇ ਵੇਲੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦੇ ਤਾਜ ਦੀ ਸ਼ਾਨ ਹੁੰਦਾ ਸੀ ਤੇ ਕੋਹੇਨੂਰ ਨੂੰ ਲੈ ਕੇ ਹੁਣ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ SGPC ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਕਿਹਾ ਉੱਥੇ ਇਸ ਮਾਮਲੇ ਵਿੱਚ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਹੁਣ ਤੱਕ ਅਕਾਲੀ ਇਸ ਮਾਮਲੇ ਤੇ ਚੁੱਪ ਕਿਉਂ ਸਨ ਕੋਹੇਨੂਰ ਕਿਸ ਦਾ ਹੈ ਇਸ ਵਾਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਪੁੱਛਿਆ ਸੀ ਪਰ ਹੁਣ ਇਸ 'ਤੇ ਸਿਆਸਤ ਸ਼ੁਰੂ ਹੋ ਗਈ ਹੈ ਅਕਾਲੀ ਦਲ ਨੇ SGPC ਨੂੰ ਇਸ ਮਾਮਲੇ ਵਿੱਚ ਪਟੀਸ਼ਨ ਪਾਉਣ ਨੂੰ ਕਿਹਾ ਅਕਾਲੀ ਦਲ ਮੁਤਾਬਕ ਕੋਹੇਨੂਰ ਸਿੱਖ ਵਿਰਾਸਤ ਦਾ ਹਿੱਸਾ ਹੈ ਇਸ ਲਈ ਇਹ SGPC ਨੂੰ ਸੌਂਪਿਆ ਜਾਣਾ ਚਾਹੀਦਾ ਹੀਰਾ ਉਹ ਪੰਜਾਬੀਆਂ ਦੀ ਵਿਰਾਸਤ ਹੈ ਸਿੱਖ ਕੌਮ ਦੀ ਵਿਰਾਸਤ ਹੈ ਮੈਂ ਤਾਂ SGPC ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਇਹ ਕੇਸ ਉੱਥੇ ਜਾ ਕੇ ਪਾਰਟੀ ਹੁਣ ਸੁਪਰੀਮ ਕੋਰਟ 'ਚ ਕਿ ਕਹਿਣਗੇ ਸਾਥੋਂ ਅੰਗਰੇਜ਼ਾਂ ਨੇ ਇੱਥੋਂ ਲੈ ਗਏ ਧੱਕੇ ਨਾਲ ਲੈ ਕੇ ਗਏ ਆ ਇਹਦੇ ਨਾਲ ਹੀ ਸੋਨੇ ਦੀ ਜਿਹੜੀ ਕੁਰਸੀ ਹੈ ਜਿਹੜੀ ਤਖ਼ਤ ਨਵਾਂ ਕੁਰਸੀ ਹੈ ਉਹ ਵੀ ਅਤੇ ਹੋਰ ਦੁਰਲਭ ਵਸਤੂਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅੰਗਰੇਜ਼ ਲੈ ਕੇ ਗਏ ਉਹ ਸਾਨੂੰ ਵਾਪਸ ਮਿਲਣੀਆਂ ਚਾਹੀਦੀਆਂ ਸਰਕਾਰ ਨੂੰ ਸਾਨੂੰ ਸਹਿਯੋਗ ਕਰ ਦੇਣਾ ਚਾਹੀਦਾ ਉਹਦੇ ਵਿਰੋਧੀ ਧਿਰ ਕੋਹੇਨੂਰ ਤੇ ਪੰਜਾਬ ਸਰਕਾਰ ਦੇ ਸਟੈਂਡ ਤੋਂ ਸਹਿਮਤ ਹੈ ਪਰ ਇੰਨੇ ਸਾਲਾਂ ਤੋਂ ਇਸ ਤੇ ਚੁੱਪੀ ਤਾਰ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ 18 ਸਾਲਾਂ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੀ ਹੈਜ਼ ਬੀਨ ਚੀਫ ਮਿਨਿਸਟਰ ਹੁਣ 9 ਸਾਲ ਹੋ ਗਏ 9 ਸਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਹੁਣ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਈਅਰ 'ਚ ਨੇ ਇਸ ਤਰ੍ਹਾਂ ਦੀਆਂ ਫਿਰ ਸਾਰੀਆਂ ਗੱਲਾਂ ਤੇ ਕੋਹੇਨੂਰ ਤੇ ਮੇਰੇ ਵੀਰੋ ਹਾਲਾਤ ਜਿਸ ਕਿਸਮ ਦੇ ਸਨ ਇਹ ਖੁਸ਼ਣਾ ਹੀ ਸੀ ਇਹ ਭਾਵੇਂ ਉੱਥੋਂ ਦੀ ਜਿਹੜੀ ਮਹਾਰਾਣੀ ਹੈ ਜਿਹੜੀ ਇੰਗਲੈਂਡ ਦੀ ਜਾਂ ਉਹ ਲੈ ਗਈ ਹੈ ਤੇ ਜੇ ਇੱਥੇ ਹੁੰਦਾ ਤੇ ਇਹਨਾਂ ਕੋਲ ਖੋ ਕੇ ਸਰਦਾਰ ਸੁਖਬੀਰ ਸਿੰਘ ਨੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੈ ਜਾਣਾ ਸੀ ਕੇਂਦਰ ਸਰਕਾਰ ਨੇ ਕੋਹੇਨੂਰ ਮਾਮਲੇ ਵਿੱਚ ਆਪਣੇ ਪਹਿਲੇ ਸਟੈਂਡ ਤੋਂ ਯੂ ਟਰਨ ਲਿਆ ਕੇਂਦਰ ਸਰਕਾਰ ਨੇ ਪਹਿਲਾਂ ਅਦਾਲਤ ਵਿੱਚ ਕਿਹਾ ਸੀ ਕਿਉਂਕਿ ਕੋਹੇਨੂਰ ਹੀਰਾ ਲੁੱਟ ਕੇ ਨਹੀਂ ਲਿਜਾਇਆ ਗਿਆ ਇਸ ਲਈ ਇਸ ਨੂੰ ਵਾਪਸ ਮੰਗਿਆ ਨਹੀਂ ਜਾ ਸਕਦਾ ਪਰ ਬਾਅਦ ਵਿੱਚ ਆਪਣਾ ਸਟੈਂਡ ਬਦਲ ਕੇ ਮੁੜ ਤੋਂ ਅਦਾਲਤ ਵਿੱਚ ਕਿਹਾ ਸੀ ਕਿ ਉਹ ਕੋਹੇਨੂਰ ਨੂੰ ਵਾਪਸ ਲੈਣ ਲਈ ਬਰਤਾਨਵੀ ਸਰਕਾਰ ਨਾਲ ਗੱਲ ਕਰਨਗੇ ਇਸ ਦੇ ਨਾਲ ਹੀ SGPC ਨੇ ਬਰਤਾਨੀਆ ਸਰਕਾਰ ਕੋਲੋਂ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਤਖ਼ਤ ਵੀ ਮੰਗਿਆ ਜੋ ਬਰਤਾਨੀਆ ਸਰਕਾਰ ਦੇ ਅਜਾਇਬ ਘਰ ਵਿੱਚ ਹੈ ਗੁਰਦਾਸਪੁਰ ਤੋਂ ਅਜੇ ਮਹਾਜਨ ਦੇ ਨਾਲ ਪੰਕਜ ਕਪਾਹੀ ਜ਼ੀ ਮੀਡੀਆ ਦਿੱਲੀ ਅੱਗੇ ਵਧਦਿਆਂ ਨਾਮਧਾਰੀ ਸੰਪਰਦਾਇ ਦੀ ਮਰਹੂਮ ਗੁਰੂ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਫੜਨ ਦੇ ਲਈ ਨਾਮਧਾਰੀ ਸੰਪਰਦਾਇ ਦੇ ਦੂਸਰੇ ਗੁੱਟ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਸ਼ਾਂਤੀ ਮਾਰਚ ਕੱਢਿਆ ਗਿਆ ਤੇ DC ਨੂੰ ਮੈਮੋਰੈਂਡਮ ਸੌਂਪਿਆ ਗਿਆ ਇਸ ਤੋਂ ਪਹਿਲਾਂ ਠਾਕੁਰ ਉਦੇ ਸਿੰਘ ਦੇ ਸਮਰਥਕਾਂ ਵੱਲੋਂ ਵੀ ਲੁਧਿਆਣਾ ਵਿੱਚ ਰੋਸ ਮਾਰਚ ਕੱਢਿਆ ਗਿਆ ਸੀ ਲੁਧਿਆਣਾ ਦੀਆਂ ਸੜਕਾਂ ਤੇ ਨਾਮਧਾਰੀ ਸੰਪਰਦਾ ਵੱਲੋਂ ਕੱਢਿਆ ਗਿਆ ਸ਼ਾਂਤੀ ਮਾਰਚ ਹੱਥਾਂ ਵਿੱਚ ਕਾਤਲਾਂ ਨੂੰ ਜਲਦ ਫੜਨ ਦੀਆਂ ਤਖਤੀਆਂ ਇਹ ਸ਼ਾਂਤੀ ਮਾਰਚ ਕੱਢਿਆ ਗਿਆ ਸੀ ਨਾਮਧਾਰੀ ਸੰਪਰਦਾਇ ਦੇ ਦੂਜੇ ਗੁੱਟ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵੱਲੋਂ ਇਸ ਤੋਂ ਪਹਿਲਾਂ ਠਾਕੁਰ ਉਦੇ ਸਿੰਘ ਦੇ ਸਮਰਥਕਾਂ ਵੱਲੋਂ ਵੀ ਲੁਧਿਆਣਾ ਵਿੱਚ ਹੀ ਸ਼ਾਂਤੀ ਮਾਰਚ ਕੱਢਿਆ ਗਿਆ ਸੀ ਠਾਕੁਰ ਦਲੀਪ ਸਿੰਘ ਸਮਰਥਕਾਂ ਨੇ ਲੁਧਿਆਣਾ ਦੇ DC ਨੂੰ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ ਉਹ ਮਹਾਰਾਜਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਜਲਦ ਫੜਨ ਜਿਹੜਾ ਹੈ ਕਮਿਸ਼ਨਰ ਪੁਲਿਸ ਵੱਲ ਨੂੰ ਮਾਰਚ ਕੱਢਿਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਿਹੜਾ ਹੈ ਮੈਮੋਰੈਂਡਮ ਦੇਣ ਜਾ ਰਹੇ ਹਾਂ ਕਿ ਆਹ ਪੁਆਇੰਟ ਨੇ ਜਿਹੜੇ ਕਾਤਲਾਂ ਨੂੰ ਫੜਨ ਲਈ ਅਤੇ ਉਹ ਸ਼੍ਰੀ ਭੈਣੀ ਸਾਹਿਬ ਜੀ ਨੇ ਕਾਤਲ ਬਾਹਰ ਨਹੀਂ ਹੈਗੇ ਜੋ ਕਿ ਇੰਨੀ ਸੁਰੱਖਿਆ ਦੇ ਵਿੱਚ ਕਤਲ ਹੋ ਰਿਹਾ ਅਤੇ ਉੱਥੇ ਕਿਸੇ ਨੂੰ ਹੋਰ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਅਤੇ ਉਹ ਕਾਤਲ ਕਿਵੇਂ ਬਣ ਗਏ ਵੜ ਗਏ ਉੱਥੇ ਇਹੋ ਜਿਹੇ ਹਥਿਆਰ ਲੈ ਕੇ ਇਹਦੇ 'ਤੇ ਗੌਰ ਕਰਨੀ ਚਾਹੀਦੀ ਆ 4 ਅਪ੍ਰੈਲ ਨੂੰ ਮਾਤਾ ਚੰਦ ਕੌਰ ਜੀ ਨੂੰ ਭੈਣੀ ਸਾਹਿਬ ਵਿੱਚ 2 ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ ਮਾਤਾ ਜੀ ਦੇ ਕਾਤਲਾਂ ਨੂੰ ਫੜਨ ਲਈ ਪੁਲਿਸ ਨੇ SIT ਦਾ ਗਠਨ ਕੀਤਾ ਸੀ ਅਤੇ ਇਸ ਮਾਮਲੇ ਵਿੱਚ 2 ਸਕੈਚ ਵੀ ਜਾਰੀ ਕੀਤੇ ਗਏ ਸਨ ਪਰ ਹੁਣ ਤੱਕ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਨਿਕਲਿਆ ਉਧਰ ਠਾਕੁਰ ਉਦੇ ਸਿੰਘ ਦੇ ਸਮਰਥਕਾਂ ਨੇ ਇਸ ਮਾਮਲੇ ਵਿੱਚ ਵੱਡੀ ਸਾਜ਼ਿਸ਼ ਦਾ ਸ਼ੱਕ ਜਤਾਇਆ ਅਤੇ ਇਸ ਨੂੰ ਪਿਛਲੇ 3 ਹਮਲਿਆਂ ਨਾਲ ਜੋੜਿਆ ਸੀ ਨਵੀਨ ਸ਼ਰਮਾ ਜ਼ੀ ਮੀਡੀਆ ਲੁਧਿਆਣਾ ਅਗਲੀ ਖਬਰ ਹੈ ਕਿ ਵਿਵਾਦਿਤ ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਿਟਿਡ ਅੱਜ ਰਿਲੀਜ਼ ਹੋ ਰਹੀ ਹੈ ਤੇ ਇਸ ਦੇ ਰਿਲੀਜ਼ ਹੋਣ ਦੇ ਖਿਲਾਫ DSGMC ਅੱਜ ਦਿੱਲੀ ਵਿੱਚ ਪ੍ਰਦਰਸ਼ਨ ਕਰੇਗੀ DSGMC ਦਾ ਇਲਜ਼ਾਮ ਹੈ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਸੈਂਸਰ ਬੋਰਡ ਨੇ ਉਹਨਾਂ ਨੂੰ ਫਿਲਮ ਨਹੀਂ ਦਿਖਾਈ ਜੋ ਕਿ ਦੇਖਣ ਗਏ ਸੀ ਮੁੰਬਈ ਦੇ ਵਿੱਚ ਪਰਸੋਂ ਪਰ ਸੈਂਸਰ ਬੋਰਡ ਨੇ ਉਹਨਾਂ ਨੂੰ ਨਹੀਂ ਦਿਖਾਈ ਦੱਸ ਦਈਏ ਕਿ ਸਿੱਖ ਭਾਈਚਾਰੇ ਨੇ ਇਸ ਫਿਲਮ ਤੇ ਬੈਨ ਲਾਉਣ ਦੀ ਮੰਗ ਕੀਤੀ ਹੈ ਸਿੱਖ ਭਾਈਚਾਰੇ ਦਾ ਇਲਜ਼ਾਮ ਹੈ ਕਿ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਲੈ ਕੇ ਘਟੀਆ ਟਿੱਪਣੀਆਂ ਕੀਤੀਆਂ ਗਈਆਂ ਨੇ ਸਿੱਖ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇਲਜ਼ਾਮ ਹੈ ਵਿਵਾਦਿਤ ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਿਟਿਡ ਦੇ ਸੋ ਅੱਜ ਇਹ ਫਿਲਮ ਰਿਲੀਜ਼ ਹੋ ਰਹੀ ਹੈ ਪਰ ਇਸ ਫਿਲਮ ਦੇ ਖਿਲਾਫ ਸਿੱਖ ਭਾਈਚਾਰਾ ਸੜਕਾਂ ਤੇ ਉਤਰਿਆ ਹੋਇਆ ਦਿੱਲੀ ਤੇ ਮੁੰਬਈ ਵਿੱਚ ਸਿੱਖ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਫਿਲਮ ਤੇ ਬੈਨ ਲਾਉਣ ਦੀ ਮੰਗ ਕੀਤੀ ਗਈ
ਪੂਰੇ ਮੁਲਕ ਵਿੱਚ ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਵਿਰੋਧ ਦੀ ਸੁਰ ਬੁਲੰਦ ਹੋਈ ਹੈ। ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ, ਪਰ ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਵੱਲੋਂ ਦਿੱਲੀ ਤੇ ਮੁੰਬਈ ਵਿੱਚ ਇਸ ਫਿਲਮ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਦਿੱਲੀ ਦੇ ਵਿਕਾਸਪੁਰੀ 'ਚ ਇਸ ਫਿਲਮ ਦੇ ਖਿਲਾਫ ਵੀਰ ਖਾਲਸਾ ਦਲ ਵੱਲੋਂ ਰੋਸ ਮੁਜ਼ਾਹਰਾ ਕਰਦਿਆਂ ਚੱਲਦੀ ਫਿਲਮ ਨੂੰ ਹੀ ਵਿਚਾਲੇ ਹੀ ਰੁਕਵਾ ਦਿੱਤਾ ਗਿਆ ਅਤੇ ਉਹਨਾਂ ਦੀ ਦਲੀਲ ਸੀ ਕਿ ਫਿਲਮ ਵਿੱਚ ਸਿੱਖ ਕਰਦਾਰਾਂ ਨੂੰ ਜਿਸ ਤਰੀਕੇ ਨਾਲ ਵਿਖਾਇਆ ਗਿਆ ਉਸ ਨਾਲ ਸਿੱਖ ਭਾਈਚਾਰੇ ਦੇ ਮਨ ਨੂੰ ਠੇਸ ਪਹੁੰਚੀ ਹੈ ਅਤੇ ਇਸ ਲਈ ਉਹ ਸਿਨੇਮਾ ਮਾਲਕਾਂ ਨੂੰ ਅਪੀਲ ਕਰਦੇ ਨੇ ਕਿ ਇਸ ਫਿਲਮ ਨੂੰ ਆਪਣੇ ਸਿਨੇਮਾ ਹਾਲ ਵਿੱਚ ਨਾ ਚਲਾਉਣ। ਦਲ ਦੀ ਤਰਫੋਂ ਇਸ ਤੋਂ ਪ੍ਰੋਟੈਸਟ ਸੀਗਾ ਔਰ ਸਪੈਸ਼ਲ ਥੈਂਕਸ ਸਾਡੇ ਧੀਰਜ ਜੀ ਜਿਹੜੇ ਮੈਨੇਜਰ ਨੇ ਉਹਨਾਂ ਨੇ ਖੁਦ ਬੋਲਿਆ ਕਿ ਸਿੱਖਾਂ ਨਾਲ ਸਿੱਖਾਂ ਦੀ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੀਦਾ, ਅਸੀਂ ਇਹ ਪਿਕਚਰ ਨੂੰ ਰਿਲੀਜ਼ ਨਹੀਂ ਕਰਾਂਗੇ। ਉੱਥੋਂ ਦੇ ਸੈਂਸਰ ਬੋਰਡ ਨੇ ਸਾਨੂੰ ਫਿਲਮ ਨਹੀਂ ਦਿਖਾਈ, ਡਿਸਕਸ਼ਨ ਕੀਤੀ, ਅਸੀਂ ਆਪਣੇ ਓਬਜੈਕਸ਼ਨ ਜੋ ਫਾਈਲ ਕਰ ਸਕਦੇ ਸੀ ਕੀਤੇ, ਫਿਲਮ ਦਿਖਾਈ ਹੁੰਦੀ ਤਾਂ ਸ਼ਾਇਦ ਬੈਟਰ ਗੱਲ ਹੁੰਦੀ, ਲੇਕਿਨ ਐਨੀਵੇ ਅਸੀਂ ਇਹ ਫਿਲਮ ਨੂੰ ਦੇ ਅਗੇਂਸਟ ਹਾਂ। ਅਸੀਂ ਜੇ ਇਸ ਤਰੀਕੇ ਨਾਲ ਧੱਕਾ ਸੈਂਸਰ ਬੋਰਡ ਸਾਡੇ ਨਾਲ ਕਰੇਗਾ, ਅਸੀਂ ਕੋਰਟ ਦਾ ਰਸਤਾ ਦੇਖ ਰਹੇ ਹਾਂ, ਨਹੀਂ ਤਾਂ ਅਸੀਂ ਸੜਕਾਂ ਤੇ ਉਤਰ ਕੇ ਇਹ ਪਿਕਚਰ ਨੂੰ ਜ਼ਰੂਰ ਰੁਕਵਾਵਾਂਗੇ। ਇਸ ਦੇ ਨਾਲ ਹੀ ਮੁੰਬਈ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਇਸ ਫਿਲਮ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਫਿਲਮ ਤੇ ਪੂਰੇ ਮੁਲਕ ਵਿੱਚ ਬੈਨ ਲਗਾਇਆ ਜਾਵੇ। ਇਹ ਜੋ ਸੈਕਸ਼ਨ IPC 295A ਹੈ, ਉਸਕੇ ਤਹਿਤ ਅਗਰ ਕੁਛ ਗੁਨਾਹ ਬਣਤਾ ਹੈ 27 ਤਾਰੀਖ ਕੋ ਤੋ ਪ੍ਰੋਡਕਸ਼ਨ ਹਾਊਸ ਔਰ ਡਿਸਟ੍ਰੀਬਿਊਸ਼ਨ ਕੰਪਨੀ ਪੇ ਕਾਰਵਾਈ ਜ਼ਰੂਰ ਹੋਗੀ। ਰਿਲੀਜੀਅਸ ਸੈਂਟੀਮੈਂਟਸ ਹਰਟ ਹੋਣੇ ਕਾ ਵੋ ਕਾਨੂੰਨ ਹੈ, ਆਰਟੀਕਲ 295A, ਉਸਕੇ ਤਹਿਤ ਕਾਰਵਾਈ ਜ਼ਰੂਰ ਹੋਗੀ। ਇਹ ਹਮਾਰੀ ਕੋਰਟ ਸੇ ਮੰਗ ਹੈ। ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਟਿਡ ਤੇ ਰੋਕ ਲਗਾਉਣ ਦੇ ਲਈ ਅਦਾਲਤ ਵਿੱਚ ਵੀ ਅਪੀਲ ਕੀਤੀ ਗਈ ਹੈ, ਪਰ ਅਦਾਲਤ ਵੱਲੋਂ ਇਸ ਫਿਲਮ ਤੇ ਰੋਕ ਲਗਾਉਣ ਤੋਂ ਮਨਾ ਕਰਨ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਇਸ ਫਿਲਮ ਦੇ ਖਿਲਾਫ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਹੁਣ ਖਬਰ ਹੈ ਉਹਨਾਂ ਜੰਗੀ ਕੈਦੀਆਂ ਦੀ ਜੋ 1971 ਦੀ ਭਾਰਤ ਪਾਕਿਸਤਾਨ ਦੀ ਜੰਗ ਵੇਲੇ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ। ਨਾ ਹਾਲੇ ਤੱਕ ਇਹਨਾਂ ਕੈਦੀਆਂ ਦੀ ਰਿਹਾਈ ਹੋਈ ਹੈ ਤੇ ਨਾ ਹੀ ਇਹਨਾਂ ਦੇ ਪਰਿਵਾਰਾਂ ਨੂੰ ਉਹ ਸਹੂਲਤਾਂ ਮਿਲ ਰਹੀਆਂ ਨੇ ਜਿਨ੍ਹਾਂ ਦੇ ਉਹ ਹੱਕਦਾਰ ਨੇ। ਪਹਿਲਾਂ ਸਰਬਜੀਤ ਅਤੇ ਹੁਣ ਕਿਰਪਾਲ ਸਿੰਘ, ਦੋਹਾਂ ਦੀ ਮੌਤ ਪਾਕਿਸਤਾਨ ਦੀ ਕੋਟਲਾਖਪਤ ਜੇਲ੍ਹ ਵਿੱਚ ਹੁੰਦੀ ਹੈ। ਦੋਹਾਂ ਦੀ ਮ੍ਰਿਤਕ ਦੇਹ ਹੀ ਭਾਰਤ ਪਹੁੰਚਦੀ ਹੈ। ਇਹ ਕਹਾਣੀ ਸਿਰਫ ਦੋ ਭਾਰਤੀ ਕੈਦੀਆਂ ਦੀ ਨਹੀਂ ਹੈ, ਨਾ ਜਾਣੇ ਕਿੰਨੇ ਹੀ ਭਾਰਤੀ ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ 'ਚੋਂ ਵਤਨ ਵਾਪਸੀ ਦੀ ਉਡੀਕ ਵਿੱਚ ਬੈਠੇ ਨੇ। ਐਡਵੋਕੇਟ SC ਅਰੋੜਾ ਵੱਲੋਂ RTI ਤਹਿਤ 1971 ਦੀ ਭਾਰਤ ਪਾਕਿਸਤਾਨ ਜੰਗ ਦੀ ਜੰਗੀ ਕੈਦੀਆਂ ਦੀ ਮੰਗੀ ਗਈ ਸੂਚੀ ਦੇ ਮੁਤਾਬਕ 57 ਜਵਾਨ ਉਸ ਜੰਗ ਦੇ ਦੌਰਾਨ ਲਾਪਤਾ ਹੋ ਗਏ ਸਨ, ਜਿਨ੍ਹਾਂ 'ਚੋਂ 11 ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ। ਇਹਨਾਂ 'ਚ ਪੰਜਾਬ ਦੇ 5, ਹਰਿਆਣਾ ਦੇ 6 ਅਤੇ ਇੱਕ ਚੰਡੀਗੜ੍ਹ ਦਾ ਜਵਾਨ ਸ਼ਾਮਿਲ ਹੈ। ਪਰ ਜੋ ਸਾਡੀ ਡਿਫੈਂਸ ਮਿਨਿਸਟਰੀ ਦੀਆਂ ਫਾਈਲਾਂ ਬੋਲਦੀਆਂ ਨੇ, ਉਹ ਇਹ ਕਹਿੰਦੀਆਂ ਨੇ ਕਿ 57 ਟੋਟਲ ਪ੍ਰਿਜ਼ਨਰਸ ਆਫ ਵਾਰ ਪਾਕਿਸਤਾਨ ਦੀ ਕਸਟਡੀ 'ਚ ਨੇ, ਔਰ ਉਹਨਾਂ ਦੀ ਲਿਸਟ ਜਿਹੜੀ ਮੈਂ ਰਾਈਟ ਟੂ ਇਨਫੋਰਮੇਸ਼ਨ ਦੇ ਤਹਿਤ ਮੰਗਵਾਈ ਸੀ, ਉਹਦੇ ਵਿੱਚ ਸਿਰਫ 11 ਜਿਹੜੇ ਹੈਗੇ ਨੇ ਪ੍ਰਿਜ਼ਨਰਸ ਆਫ ਵਾਰ ਕਹੀਏ ਜਾਂ 11 ਡਿਫੈਂਸ ਦੇ ਪਰਸੋਨਲ ਕਹੀਏ, ਉਹ 11 ਪਾਕਿਸਤਾਨ ਦੀ ਜੇਲ੍ਹਾਂ ਵਿੱਚ ਮੰਨੇ ਜਾਂਦੇ। ਐਡਵੋਕੇਟ SC ਅਰੋੜਾ ਦੇ ਮੁਤਾਬਕ ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਸ਼ਹੀਦ ਦੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ। ਐਡਵੋਕੇਟ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੈਕੇਜ ਡੀਲ ਸਕੀਮ ਦੇ ਤਹਿਤ ਜੰਗ ਦੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇ ਤੌਰ 'ਤੇ 10 acres ਜ਼ਮੀਨ ਦਿੱਤੀ ਜਾਂਦੀ ਹੈ, ਪਰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਜੰਗੀ ਕੈਦੀਆਂ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਗਿਆ। ਇਸ ਲਈ ਉਹਨਾਂ ਦੇ ਪਰਿਵਾਰ ਪੰਜਾਬ ਸਰਕਾਰ ਦੀ ਇਸ ਸਕੀਮ ਤੋਂ ਵਾਂਝੇ ਨੇ। ਐਡਵੋਕੇਟ ਅਰੋੜਾ ਦੇ ਮੁਤਾਬਕ ਅਜਿਹੇ ਜੰਗੀ ਕੈਦੀਆਂ ਦੀ ਵਾਪਸੀ ਦੀ ਉਮੀਦ ਵੀ ਬਹੁਤ ਘੱਟ ਹੁੰਦੀ ਹੈ, ਇਸ ਲਈ ਉਹਨਾਂ ਨੂੰ ਵੀ ਜਿਉਂਦੇ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਹ ਸਹੂਲਤਾਂ ਮਿਲ ਸਕਣ ਜੋ ਸ਼ਹੀਦ ਦੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ। ਸ਼ਹੀਦ ਕੋਈ ਹੁੰਦਾ, ਉਹ ਮਾਰ ਦਿੱਤਾ ਜਾਂਦਾ, ਗੋਲੀ ਵੱਜ ਕੇ ਮਰ ਜਾਂਦਾ, ਉਹ ਸ਼ਹੀਦ ਹੋ ਜਾਂਦਾ। ਦੂਸਰਾ ਜ਼ਖਮੀ ਹੋਏ ਉਹਨਾਂ ਨੂੰ ਪਕੜ ਕੇ ਲੈ ਜਾਂਦੇ, ਔਰ ਪਿਛਲੇ 20+30+15-46 ਤਕਰੀਬਨ ਵਿੱਚ ਤਸੀਹੇ ਜੇ ਸਹਿ ਰਿਹਾ ਹੋਵੇ ਉੱਥੇ, ਉਹ ਜ਼ਿੰਦਾ ਸ਼ਹੀਦ ਮੰਨਣਾ ਚਾਹੀਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ। ਤਾਂ ਮੇਰਾ ਕਹਿਣ ਦਾ ਮਤਲਬ ਉਹਨੂੰ ਸ਼ਹੀਦ ਮੰਨ ਕੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਉਹਨਾਂ ਦਾ ਬਣਦਾ ਹੱਕ ਹੈ ਓਨਰ ਦੇ ਤੌਰ 'ਤੇ ਉਹ ਦੇਣਾ ਚਾਹੀਦਾ। ਜੰਗ ਦੇ ਦੌਰਾਨ ਦੁਸ਼ਮਣ ਫੌਜਾਂ ਦੇ ਵੱਲੋਂ ਕੈਦੀ ਬਣਾਏ ਗਏ ਜਵਾਨਾਂ ਦੀ ਕੁਰਬਾਨੀ ਘੱਟ ਨਹੀਂ ਹੈ, ਇਸ ਲਈ ਜਿੱਥੇ ਅਜਿਹੇ ਜੰਗੀ ਕੈਦੀਆਂ ਦੀ ਰਿਹਾਈ ਦੇ ਲਈ ਠੋਸ ਯਤਨ ਹੋਣੇ ਚਾਹੀਦੇ ਨੇ, ਉੱਥੇ ਹੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜਿਸ ਦੇ ਉਹ ਹੱਕਦਾਰ ਨੇ। ਨਿਹਾ ਸਲਾਰੀਆ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ।
ਪਿਛਲੇ ਦਿਨੀ ਪਾਕਿਸਤਾਨ ਦੀ ਜੇਲ੍ਹ ਵਿੱਚ ਕਿਰਪਾਲ ਸਿੰਘ ਦੀ ਹੋਈ ਮੌਤ ਤੋਂ ਬਾਅਦ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਭਾਰਤੀ ਕੈਦੀਆਂ ਦੇ ਪਰਿਵਾਰਾਂ ਦੀ ਫਿਕਰ ਹੁਣ ਵੱਧ ਗਈ ਹੈ। ਅਜਿਹਾ ਇੱਕ ਪਰਿਵਾਰ ਹੈ ਸੁਰਜੀਤ ਸਿੰਘ ਦਾ ਪਰਿਵਾਰ। ਸੁਰਜੀਤ ਸਿੰਘ 1971 ਦੀ ਲੜਾਈ ਦੇ ਸਮੇਂ ਤੋਂ ਪਾਕਿਸਤਾਨ ਜੇਲ੍ਹ ਵਿੱਚ ਬੰਦ ਨੇ। ਸੁਰਜੀਤ ਸਿੰਘ BSF ਦਾ ਜਾਬਾਸ ਜੋ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਕੈਦ ਹੈ ਤੇ ਪਰਿਵਾਰ ਹਿੰਦੁਸਤਾਨ 'ਚ ਉਹਨਾਂ ਦੇ 45 ਸਾਲ ਤੋਂ ਰਾਹ ਵੇਖ ਰਿਹਾ ਤੇ ਸਰਬਜੀਤ ਤੇ ਉਸ ਤੋਂ ਬਾਅਦ ਕਿਰਪਾਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਫਿਕਰਾਂ 'ਚ ਪੈ ਗਿਆ। ਪਰਿਵਾਰ ਮੁਤਾਬਕ 1971 ਦੀ ਭਾਰਤ ਪਾਕਿਸਤਾਨ ਜੰਗ 'ਚ ਸੁਰਜੀਤ ਸਿੰਘ ਲਾਪਤਾ ਹੋ ਗਏ ਸਨ। 1972 'ਚ BSF ਵੱਲੋਂ ਪਰਿਵਾਰ ਨੂੰ ਸੁਰਜੀਤ ਸਿੰਘ ਦੇ ਸ਼ਹੀਦ ਹੋਣ ਦੀ ਇਤਲਾਹ ਦਿੱਤੀ ਗਈ ਅਤੇ ਪੈਨਸ਼ਨ ਵੀ ਲਗਾ ਦਿੱਤੀ ਗਈ, ਪਰ ਪਰਿਵਾਰ ਨੂੰ ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀ ਤੋਂ ਪਤਾ ਲੱਗਾ ਕਿ ਸੁਰਜੀਤ ਸਿੰਘ ਜ਼ਿੰਦਾ ਹੈ ਤੇ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਕੈਦ ਹੈ ਤੇ ਪਰਿਵਾਰ ਲਗਾਤਾਰ ਸਰਕਾਰ ਤੋਂ ਸੁਰਜੀਤ ਸਿੰਘ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਿਹਾ। ਅਸੀਂ ਮੰਗ ਇਹੀ ਕਰਦੇ ਹਾਂ ਜੀ, ਰਸਤੇ ਹੀ ਆਨੇ ਆ ਜਲਦੀ ਜਲਦੀ ਵੀ ਘਰ ਆ ਜਾਣ, ਅਸੀਂ ਇਹੀ ਕਹਿੰਦੇ ਹਾਂ ਜਲਦੀ ਰਿਹਾਈ ਹੋ ਜਾਏ। ਮੇਰੇ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਜੀ ਪਾਕਿਸਤਾਨੀ ਜੇਲ੍ਹ 'ਚ ਅੱਜ ਵੀ ਬੰਦ ਨੇ, ਠੀਕ ਹੈ। ਬਹੁਤ ਸਮੇਂ ਤੋਂ ਮੈਂ ਸਰਕਾਰ ਦੇ ਮੂਹਰੇ ਤਰਲੇ ਕੱਢ ਰਿਹਾ, ਬਹੁਤ ਦੇਰ ਹਰ ਦਰਵਾਜ਼ੇ 'ਤੇ ਮੈਂ ਜਾ ਕੇ ਮੈਂ ਆਪਣੇ ਪਿਤਾ ਜੀ ਦੀ ਰਿਹਾਈ ਦੀ ਖਾਤਰ ਮੈਂ ਗਿਆ, ਪਰ ਅੱਜ ਤੱਕ ਕੋਈ ਇਹੋ ਜਿਹਾ ਨਹੀਂ ਉਪਾਅ ਹੋਇਆ। DC ਸਾਹਿਬ ਨੇ ਵੀ ਸੰਬੰਧਿਤ ਵਿਭਾਗ ਨਾਲ ਗੱਲਬਾਤ ਕਰਕੇ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਉਹਨਾਂ ਦੀ ਰਿਹਾਈ ਦੇ ਵਾਸਤੇ ਆਪਣੀ ਰਿਕੁਐਸਟ ਲੈਟਰ ਭੇਜੀ ਹੈ, ਮੈਂ ਇਹਨਾਂ ਦੀ ਦਰਖਾਸਤ ਜਿਹੜੀ ਲੈ ਲਈ ਹੈ ਐਂਡ ਇਹਦੇ ਬਾਰੇ ਪੂਰੀ ਮੁਕੰਮਲ ਪੜਤਾਲ ਕਰਨ ਦੇ ਵਾਸਤੇ ਮੈਂ ਸਰਕਾਰ ਅਤੇ ਜਿਹੜੀ ਅਪਰੋਪਰੀਏਟ ਡਿਪਾਰਟਮੈਂਟ ਹੈਗਾ ਹੋਮ ਡਿਪਾਰਟਮੈਂਟ ਨੂੰ ਮੈਂ ਰਿਪੋਰਟ ਉਹਨਾਂ ਦੀ ਦਰਖਾਸਤ ਕਰ ਦਿੰਦਾ, ਉਹ ਪੂਰੀ ਗਹਿਰਾਈ ਵੀ ਜਾ ਕੇ ਡਿਟੇਲਸ ਵੇਰੀਫਾਈ ਕਰਕੇ ਜੋ ਵੀ ਇਸ ਵਿੱਚ ਜਿਹੜੇ ਦੀ ਕਾਨੂੰਨੀ ਬਣਦੀ ਹੋਏਗੀ ਉਹ ਕੀਤੀ ਜਾਏਗੀ। ਉੱਧਰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਸਤੀਸ਼ ਕੁਮਾਰ ਮਾਰਵਾਨ ਨੇ ਪਰਿਵਾਰ ਨੂੰ ਦੱਸਿਆ ਕਿ ਸੁਰਜੀਤ ਜੇਲ੍ਹ 'ਚ ਉਹਨਾਂ ਦੇ ਨਾਲ ਹੀ ਸਨ ਅਤੇ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਅਸੀਂ ਇਕੱਠੇ ਇੱਕੋ ਬੈਚ ਰਹੇ ਹਾਂ, ਉਹਨਾਂ ਦੀ ਆਪਣੀ ਹਾਲਤ ਵੀ ਠੀਕ ਨਹੀਂ ਹੈ। ਜਿਹੜਾ ਆਦਮੀ ਆਪਣੇ ਆਪ ਨਾਂ ਨਹੀਂ ਦੱਸ ਸਕਦਾ ਉਹ ਕੀ ਕਰੇਗਾ ਇਹਦੇ ਨਾਲ, ਇਹ ਤਾਂ ਗੌਰਮੈਂਟ ਸਾਡੇ ਚਾਹੀਦਾ ਉਹਨੂੰ ਲਵੇ। ਉਹਨਾਂ ਨੂੰ ਸਾਡੇ ਅਜੇ ਵੀ ਉੱਥੇ ਆਦਮੀ 76 ਆਦਮੀ ਹੈ ਜਿਹਨਾਂ ਵਿੱਚੋਂ 10 ਆਦਮੀ ਡੈਥ ਹੋ ਚੁੱਕੀ ਹੈ, ਕਨਫਰਮ ਹੈ। ਸੁਰਜੀਤ ਸਿੰਘ 1971 'ਚ ਸਿਰਫ 21-22 ਸਾਲਾਂ ਦੇ ਸਨ ਅਤੇ ਉਹਨਾਂ ਦੇ ਵਿਆਹ ਨੂੰ 1 ਸਾਲ ਹੀ ਹੋਇਆ ਸੀ, ਪਰ ਪਰਿਵਾਰ ਅੱਜ ਵੀ ਉਹਨਾਂ ਦੀ ਰਾਹ ਵੇਖ ਰਿਹਾ। ਦੇਵਾਨੰਦ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ, ਫਰੀਦਕੋਟ। ਉਧਰ ਅਮਰੀਕਾ ਦੇ ਲਾਸ ਏਂਜਲਸ ਵਿੱਚ ਅਦਾਲਤ ਨੇ ਸਿੱਖ ਭਾਈਚਾਰੇ ਦੇ ਖਿਲਾਫ ਨਸਲੀ ਟਿੱਪਣੀ ਦੇ ਮਾਮਲੇ ਵਿੱਚ ਵਿਲੱਖਣ ਸਜ਼ਾ ਦਾ ਐਲਾਨ ਕੀਤਾ। ਸਜ਼ਾ ਦੇ ਮੁਤਾਬਿਕ 21 ਵਰਿਆਂ ਦੇ ਦੋਸ਼ੀ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ 80 ਘੰਟੇ ਸੇਵਾ ਕਰਨ ਦਾ ਅਦਾਲਤ ਨੇ ਫਰਮਾਨ ਸੁਣਾਇਆ। ਲੰਮੇ ਵੇਲੇ ਤੋਂ ਸਿੱਖ ਵਿਦੇਸ਼ਾਂ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੁੰਦੇ ਰਹੇ ਨੇ, ਲੱਖ ਕੋਸ਼ਿਸ਼ਾਂ ਅਤੇ ਮੰਗਾਂ ਉੱਠਣ ਦੇ ਬਾਵਜੂਦ ਇਸ ਤੇ ਰੋਕ ਲਗਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਰ ਅਜਿਹੇ ਹਮਲੇ ਤੇ ਨਕੇਲ ਕਸਣ ਲਈ ਅਮਰੀਕਾ ਦੀ ਅਦਾਲਤ ਨੇ ਇੱਕ ਨੌਜਵਾਨ ਨੂੰ ਗੁਰਦੁਆਰੇ ਦੀ ਦੀਵਾਰ ਤੇ ਨਸਲੀ ਟਿੱਪਣੀ ਲਿਖਣ ਤੇ ਵਿਲੱਖਣ ਸਜ਼ਾ ਸੁਣਾਈ ਹੈ। ਲਾਸ ਏਂਜਲਿਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੇ ਨਸਲੀ ਹਮਲਾ ਕਰਨ ਵਾਲੇ ਨੌਜਵਾਨ ਨੂੰ ਦੋਸ਼ੀ ਪਾਇਆ ਗਿਆ। 21 ਵਰਿਆਂ ਦੇ ਦੋਸ਼ੀ ਦਾ ਨਾਂ ਬ੍ਰੋਡੀ ਡੁਰਾਜ਼ੋ ਹੈ ਅਤੇ ਅਦਾਲਤ ਨੇ ਦੋਸ਼ੀ ਨੂੰ ਗੁਰਦੁਆਰੇ ਵਿੱਚ 80 ਘੰਟੇ ਸੇਵਾ ਅਤੇ 240 ਘੰਟਿਆਂ ਤੱਕ ਲਿਖੇ ਨਾਰਿਆਂ ਦੀ ਸਫਾਈ ਕਰਨ ਦੀ ਸਜ਼ਾ ਸੁਣਾਈ ਹੈ। ਗੁਰਦੁਆਰਾ ਪ੍ਰਬੰਧਨ ਵੱਲੋਂ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਬ੍ਰੋਡੀ ਡੁਰਾਜ਼ੋ ਨੇ ਆਪਣੇ ਕਾਰੇ ਲਈ ਲਿਖਤ ਵਿੱਚ ਮਾਫੀ ਵੀ ਮੰਗੀ ਤੇ ਗੁਰਦੁਆਰੇ ਵਿੱਚ ਸੇਵਾ ਕਰਨ ਦੀ ਸਜ਼ਾ ਸੁਣਾਈ ਜਾਣ ਪਿੱਛੇ ਮਕਸਦ ਸੀ ਨੌਜਵਾਨ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣਾ। ਬਹੁਤ ਵੱਡੀ ਪ੍ਰੋਬਲਮ ਸਿੱਖ ਕਮਿਊਨਿਟੀ ਨੂੰ ਹੋ ਗਈ ਹੈ, ਕਿਸੇ ਨੇ ਏਸ਼ੀਅਨ ਤੇ ਵੀ ਹਮਲਾ ਕਰਨਾ ਹੋਵੇ ਤੇ ਉਹ ਸਿੱਖ ਦੇ ਉੱਤੇ ਕਰਦਾ ਹੈ। ਔਰ 9/11 ਤੋਂ ਬਾਅਦ ਤੇ ਅਰਬ ਸਭ ਨੂੰ ਸਮਝਿਆ ਜਾਂਦਾ, ਬਿਨ ਲਾਦਨ ਨਾਲ ਸਾਡੀ ਸ਼ਕਲ ਮਿਲਦੀ ਹੈ ਸਮਝਿਆ ਜਾਂਦਾ, ਇਹ ਇਗਨੋਰੈਂਸ ਬਹੁਤ ਵੱਡੀ ਹੈ। ਇਸ ਲਈ ਸਰਕਾਰਾਂ ਨੂੰ ਵੀ ਕੰਮ ਬਹੁਤ ਐਫਰਟ ਕਰਨੇ ਪੈਣਗੇ, ਸਿੱਖ ਕਮਿਊਨਿਟੀ ਨੂੰ ਵੀ ਬਹੁਤ ਕਰਨਾ ਪਏਗਾ। ਔਰ ਸਾਡੀ ਦਿੱਲੀ ਗੁਰਦੁਆਰਾ ਕਮੇਟੀ SGPC ਦੀ ਵੀ ਡਿਊਟੀ ਬਹੁਤ ਵੱਡੀ ਹੈ ਔਰ ਅਸੀਂ ਆਲਰੇਡੀ ਇਸ ਦੇ ਉੱਤੇ ਕੰਮ ਕਰਦੇ ਪਏ ਹਾਂ। 6 ਦਸੰਬਰ 2015 ਨੂੰ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਗੁਰਦੁਆਰੇ ਦੇ ਬਾਹਰ ਕੰਧ ਤੇ ਇੱਕ ਟਰੱਕ ਤੇ ISIS ਖਿਲਾਫ ਨਾਰੇ ਲਿਖੇ ਗਏ ਸਨ। ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਗਿਆ ਸੀ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਉਧਰ ਪਿਛਲੇ ਦਿਨੀ ਜਰਮਨੀ ਦੇ ਐਸਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਹੁਣ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਦੀ ਸੂਚਨਾ ਦੇਣ ਵਾਲੇ ਨੂੰ 5,000 ਯੂਰੋ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਦੇ ਹੱਥ ਕੁਝ ਅਜਿਹੇ ਸਬੂਤ ਵੀ ਲੱਗੇ ਨੇ ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਛੇਤੀ ਫੜਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਜਰਮਨੀ ਦੇ ਐਸਨ ਸ਼ਹਿਰ 'ਚ ਗੁਰਦੁਆਰੇ ਤੋਂ ਇਹ ਹਮਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੰਜੀਦਗੀ ਵਰਤੀ ਜਾ ਰਹੀ ਹੈ। ਹਮਲੇ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਨ ਦੇ ਕੋਸ਼ਿਸ਼ਾਂ ਵਿਚਾਰੀ ਨੇ ਅਤੇ ਇਸੇ ਕੋਸ਼ਿਸ਼ ਤਹਿਤ ਪ੍ਰਸ਼ਾਸਨ ਨੇ
ਮੁਲਜ਼ਮਾਂ ਦੀ ਸੂਚਨਾ ਦੇਣ ਵਾਲੇ ਨੂੰ 5000 ਯੂਰੋ ਦਾ ਇਨਾਮ ਦੇਣ ਦਾ ਐਲਾਨ ਕੀਤਾ। ਜਾਂਚ ਅਫਸਰਾਂ ਨੂੰ ਮਲਬੇ ਵਿੱਚੋਂ ਰਸਲ ਐਥਲੈਟਿਕ ਦਾ ਇੱਕ ਲੋਗੋ ਮਿਲਿਆ ਸੀ ਅਤੇ ਉਸੇ ਤਰੀਕੇ ਦੇ ਲੋਗੋ ਵਾਲਾ ਇੱਕ ਬੈਕਪੈਕ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਗਿਆ। ਬੀਤੇ ਦਿਨੀ ਪੁਲਿਸ ਨੇ ਸ਼ੱਕੀ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਵੀ ਜਾਰੀ ਕੀਤੀਆਂ। ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਪਰ ਫਿਰ ਬਾਅਦ ਵਿੱਚ ਉਹਨਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਹੁਣ ਪੁਲਿਸ ਕੋਲ ਕੁਝ ਹੋਰ ਨਵੀਆਂ ਅਜਿਹੀਆਂ ਤਸਵੀਰਾਂ ਨੇ ਜਿਨ੍ਹਾਂ 'ਚ ਸ਼ੱਕੀ ਪਹਿਲਾਂ ਤੋਂ ਸਾਫ਼ ਨਜ਼ਰ ਆ ਰਹੇ ਨੇ। ਅਜੇ 'ਚ ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰ ਲਿਆ ਜਾਵੇਗਾ। ਜਿਸ ਵੇਲੇ ਗੁਰਦੁਆਰੇ ਵਿੱਚ ਧਮਾਕਾ ਹੋਇਆ ਉਸ ਵੇਲੇ ਗੁਰਦੁਆਰੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਅਤੇ 200 ਤੋਂ ਵੱਧ ਲੋਕ ਗੁਰਦੁਆਰੇ ਵਿੱਚ ਮੌਜੂਦ ਸਨ। ਧਮਾਕੇ ਵਿੱਚ 60 ਸਾਲ ਦੇ ਬਜ਼ੁਰਗ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਸਨ ਅਤੇ 2 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਸ਼ਨੀਚਰਵਾਰ ਹੋਏ ਬੰਬ ਧਮਾਕੇ ਤੋਂ ਬਾਅਦ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਦੇ ਇਲਾਕੇ ਦੀ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਅੱਗੇ ਵਧਦਿਆਂ, ਦਾਲਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ। ਯਾਦ ਕਰੋ ਪਿਛਲੇ ਸਾਲ ਕੀ ਕਿਹਾ ਸੀ ਸਰਕਾਰ ਨੇ, ਜਮ੍ਹਾਂਖੋਰਾਂ ਤੇ ਲਗਾਮ ਲੱਗੇਗੀ ਤੇ ਨਵੀਂ ਫਸਲ ਆਉਣ ਤੋਂ ਬਾਅਦ ਦਾਲ ਸਸਤੀ ਹੋ ਜਾਏਗੀ। ਪਰ ਹੋਰ ਹੈ ਠੀਕ ਉਲਟਾ, ਦਾਲ ਇੱਕ ਵਾਰ ਫਿਰ 200 ਰੁਪਏ ਪ੍ਰਤੀ ਕਿਲੋ ਵੱਲ ਵੱਧ ਰਹੀ ਹੈ। ਹਾਲੇ ਜ਼ਿਆਦਾ ਵਕਤ ਨਹੀਂ ਗੁਜ਼ਰਿਆ ਕਿ ਦਾਲ ਨੇ ਆਮ ਆਦਮੀ ਨੂੰ ਫਿਰ ਤੋਂ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਦਾਲ ਫਿਰ ਮਹਿੰਗੀ ਹੋ ਰਹੀ ਹੈ, ਇੱਕ ਵਾਰ ਫਿਰ ਦਾਲ ਦੇ ਵਾਧੇ ਰੇਟ ਕੋਈ ਦਾ ਵਜ ਵਿਗਾੜ ਰਹੇ ਨੇ। ਕਿਸੇ ਨੂੰ ਸਮਝ ਨਹੀਂ ਆ ਰਿਹਾ ਦਾਲ ਦੇ ਰੇਟ ਇੰਨੇ ਕਿਉਂ ਵੱਧ ਰਹੇ ਨੇ। ਇੱਕ ਹਫ਼ਤੇ ਦੇ ਅੰਦਰ ਦਾਲ ਦੇ ਭਾਅ 20 ਤੋਂ 25 ਰੁਪਏ ਵੱਧ ਗਏ। ਹਾਊਸ ਵਾਈਫ ਇੱਕ ਵਾਰ ਫਿਰ ਨਾਪ ਤੋੜ ਕੇ ਦਾਲ ਬਣਾ ਰਹੀਆਂ ਨੇ। ਬਾਜ਼ਾਰ 'ਚ ਦਾਲ ਖਰੀਦਣ ਜਾਓ ਤਾਂ ਦਾਲ ਦੇ ਰੇਟ ਦੇਖ ਕੇ ਪਸੀਨੇ ਛੁੱਟ ਜਾਂਦੇ ਨੇ। ਚਲੋ ਸਭ ਤੋਂ ਪਹਿਲਾਂ ਦਿੱਲੀ ਦੀ ਮਾਰਕੀਟ ਦਾ ਨਜ਼ਾਰਾ ਵੇਖਦੇ ਹਾਂ ਤੇ ਲੋਕਾਂ ਤੋਂ ਹੀ ਸੁਣਦੇ ਹਾਂ ਕਿ ਦਾਲ ਦੇ ਭਾਅ ਉਹਨਾਂ ਨੂੰ ਕਿਵੇਂ ਪਰੇਸ਼ਾਨ ਕਰ ਰਹੇ ਨੇ। ਦਾਲਾਂ ਇਤਨੀ ਮਹਿੰਗੀ ਹੋ ਗਈਆਂ, ਕੋਈ ਸਬਜ਼ੀ ਪਿਆ, ਸਬਜ਼ੀ ਜਾਂਦੇ ਤਾਂ ਸਬਜ਼ੀ ਵੀ ਬੜੀ ਮਹਿੰਗੀ ਹੈ, ਤਾਂ ਆਪਣੇ ਥੋੜ੍ਹੀ ਥੋੜ੍ਹੀ ਕਰ ਸਭ ਕਰ ਰਹੇ ਹੈ। ਪਹਿਲੇ ਹਰ ਦਿਨ ਇੱਕ ਥਾਲੀ ਕੇ ਅੰਦਰ ਇੱਕ ਕਟੋਰੀ ਦਾਲ ਜ਼ਰੂਰ ਹੁਆ ਕਰਦੀ ਥੀ, ਅਬ ਹਫ਼ਤੇ ਮੈਂ 10 ਦਿਨ ਮੈਂ 15 ਦਿਨ ਮੈਂ ਇੱਕ ਦਾਲ ਖਾਣਾ ਇੱਕ ਕਟੋਰੀ ਨਸੀਬ ਹੋ ਗਿਆ, ਜੋ ਕਿ ਇੱਕ ਨਾਰਮਲ ਆਦਮੀ ਕੇ ਲਈ ਬਹੁਤ ਹੀ ਮੁਸ਼ਕਿਲ ਹੋਤਾ ਜਾ ਰਿਹਾ। ਦਿੱਲੀ ਤੋਂ ਰੁਖ ਕਰਦੇ ਹਾਂ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ, ਜਿੱਥੇ ਦਾਲ ਨੇ ਘਰ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਚੰਡੀਗੜ੍ਹ 'ਚ ਅਰਹਰ ਦੀ ਦਾਲ 144 ਤੋਂ 155 ਰੁਪਏ ਫੀ ਕਿਲੋ ਵਿਕ ਰਹੀ ਹੈ। ਉੜਦ ਦਾਲ 160 ਰੁਪਏ ਫੀ ਕਿਲੋ ਮਿਲ ਰਹੀ ਹੈ। ਚਣਾ ਦਾਲ 80 ਰੁਪਏ ਕਿਲੋ ਮਿਲ ਰਹੀ ਹੈ। ਸਵਾਣੀਆਂ ਦਾ ਕਹਿਣਾ ਹੈ ਕਿ ਦਾਲ ਦੀ ਕੀਮਤ ਵਧਣ ਨਾਲ ਘਰ ਦਾ ਬਜਟ ਕਾਫੀ ਗੜਬੜਾ ਜਾਂਦਾ ਹੈ। ਫਿਰ ਤਾਂ ਕਰਕੇ ਸਾਰੀ ਰਸੋਈ ਦਾ ਬਜਟ ਤਕਰੀਬਨ ਹਿੱਲੀ ਹੈ। ਜ਼ਾਹਿਰ ਹੈ ਕੋਈ ਵੀ ਦਾਲ ਸਸਤੀ ਨਹੀਂ। ਪਿਛਲੇ ਸਾਲ ਵੀ ਅਕਤੂਬਰ 'ਚ ਇਹੀ ਰੇਟ ਸੀ ਤਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਦਾਲ ਦੇ ਮਹਿੰਗੇ ਰੇਟ ਦੁਬਾਰਾ ਪਰਤ ਕੇ ਨਹੀਂ ਆਉਣਗੇ, ਪਰ ਖੋਖਲੇ ਦਾਅਵਿਆਂ ਦੀ ਹਕੀਕਤ ਸਭ ਦੇ ਸਾਹਮਣੇ ਹੈ। ਮੁੰਬਈ ਤੋਂ ਕਵਿਤਾ ਸ਼ਰਮਾ, ਦਿੱਲੀ ਤੋਂ ਰੂਪੀ ਜਾਰੀ ਦੇ ਨਾਲ ਰਵਿੰਦਰ ਸਿੰਘ, ਜ਼ੀ ਮੀਡੀਆ, ਚੰਡੀਗੜ੍ਹ। ਹੁਣ ਕਸ਼ਮੀਰ ਦੀਆਂ ਔਰਤਾਂ ਦੇ ਲਈ ਇੱਕ ਚੰਗੀ ਖਬਰ ਹੈ। ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਔਰਤਾਂ ਦੇ ਲਈ ਖਾਸ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਸ਼੍ਰੀਨਗਰ ਦੇ 3 ਰੂਟਸ ਤੇ ਫਿਲਹਾਲ ਇਸ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਕਸ਼ਮੀਰ 'ਚ ਸਕੂਲ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਹੋਣ, ਕੋਈ ਕੰਮਕਾਜੀ ਮਹਿਲਾ ਹੋਵੇ ਜਾਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਦੂਜੀਆਂ ਮਹਿਲਾਵਾਂ, ਇਹਨਾਂ ਸਾਰਿਆਂ ਦੇ ਲਈ ਇੱਕ ਚੰਗੀ ਖ਼ਬਰ ਹੈ। ਇਹਨਾਂ ਮਹਿਲਾ ਮੁਸਾਫਰਾਂ ਨੂੰ ਹੁਣ ਨਾ ਸਿਰਫ ਸਮੇਂ ਤੇ ਬਲਕਿ ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਮਿਲੇਗਾ, ਨਾ ਇਹਨਾਂ ਨੂੰ ਭੀੜ ਨਾਲ 2-4 ਹੋਣਾ ਪਵੇਗਾ, ਨਾ ਬੱਸ ਸਟਾਪ ਤੇ ਲੰਮਾ ਇੰਤਜ਼ਾਰ ਕਰਨਾ ਪਵੇਗਾ। ਸੂਬੇ ਦੀ ਸਰਕਾਰ ਦੇ ਹੁਕਮ ਤੇ SRTC ਅਤੇ ਪ੍ਰਾਈਵੇਟ ਟਰਾਂਸਪੋਰਟਰਸ ਨੇ ਮਹਿਲਾਵਾਂ ਦੇ ਲਈ ਸਪੈਸ਼ਲ ਬੱਸ ਸੇਵਾ ਸ਼ੁਰੂ ਕੀਤੀ ਹੈ। ਜੋ ਆਏ ਦਿਨ ਆਪ ਦੇਖ ਰਹੇ ਹੈ ਕਿ ਹਰ ਇੱਕ ਗਾੜੀ ਮੇਂ ਭੀੜ ਭਾੜ ਹੋਤੀ ਹੈ, ਤੋ ਉਨਕੋ ਸਿਕਿਓਰ ਆਪਣੇ ਆਪ ਕੋ ਮੈਂ ਉਹ ਫੀਲ ਕਰੇ, ਵੋਟ ਆਸਾਨੀ ਸੇ ਉਨਕੋ ਪੰਕਚੁਅਲ ਔਰ ਡੈਡੀਕੇਟਿਡ ਸਰਵਿਸ ਮਿਲੇ, ਉਸ ਬਿਨਾ ਪੇ ਹਮਨੇ ਯੇ ਜੇਕੇ SRTC ਨੇ ਇਹ ਸਰਵਿਸ ਇੰਟਰੋਡਿਊਸ ਕੀ। ਭੀੜ ਭਾੜ ਤੋਂ ਮੁਕਤ ਆਰਾਮਦਾਇਕ ਸਫ਼ਰ ਕਰ ਮਹਿਲਾਵਾਂ ਖੁਸ਼ ਨਜ਼ਰ ਆ ਰਹੀਆਂ ਨੇ। ਨਾਲ ਹੀ ਉਹਨਾਂ ਦੀ ਮੰਗ ਹੈ ਕਿ ਸਰਵਿਸ ਨੂੰ ਹੋਰ ਵਧਾਇਆ ਜਾਵੇ। ਫਿਲਹਾਲ ਇਹ ਬੱਸ ਸਰਵਿਸ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖਾਸ ਤੌਰ ਤੇ ਲਾਲ ਚੌਂਕ ਹਜ਼ਰਤਬਰ, ਲਾਲ ਚੌਂਕ ਸੋਵਰਾ, ਲਾਲ ਚੌਂਕ ਨੋਗਾਮ ਰੇਲਵੇ ਸਟੇਸ਼ਨ ਰੂਟ ਤੱਕ ਚਲਾਈਆਂ ਗਈਆਂ ਨੇ। ਹਰ ਘੰਟੇ ਇਹਨਾਂ ਰੂਟ ਤੇ ਮਹਿਲਾਵਾਂ ਨੂੰ ਸਪੈਸ਼ਲ ਬੱਸ ਦੀ ਸਰਵਿਸ ਮਿਲੇਗੀ। RTO ਕਸ਼ਮੀਰ ਅਤੇ ਜਨਰਲ ਮੈਨੇਜਰ ਇਸ ਨੂੰ ਮੋਨੀਟਰ ਕਰਨਗੇ। ਖਾਲਿਦ ਹੁਸੈਨ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ, ਸ਼੍ਰੀਨਗਰ। ਸਤਿ ਸ਼੍ਰੀ ਅਕਾਲ ਜੀ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਹੀ ਮੁੱਕਦਾ ਹੈ। ਅੱਗੇ ਤੁਸੀਂ ਦੇਖੋ ਖਬਰੋਂ ਮੇਂ ਆਜ, ਮੈਨੂੰ ਦਿਓ ਇਜਾਜ਼ਤ, ਧੰਨਵਾਦ।